ਨਹੀਂ ਮੈਂ ਡਬਲ ਜੀ ਐਫ ਜੀ ਵਾਲਿਆਂ ਦੇ ਗਿਆ ਸੀਗਾ ਹੀ ਹਨਾ, ਉਹਨਾਂ ਦੇ ਗਿਆ ਸੀਗਾ, ਸਿੱਧੀ ਜੀ ਗੱਲ ਹੈ ਮੇਰੀ ਤਾਂ, ਕਿਉਂਕਿ ਯਕੀਨ ਕਰਦੇ ਜੇ ਹੁਣ ਮੈਂ ਤੁਹਾਡੇ ਤੇ ਯਕੀਨ ਬਾਈ ਫਿਰ ਤਾਂ ਹੀ ਤੁਹਾਨੂੰ ਸਾਰੇ ਡਬਲ ਜੀ ਐਫ ਜੀ ਵਾਲਿਆਂ ਨੂੰ ਗਾਲਾਂ ਕੱਢਦੇ। ਸਿੱਧੀ ਜੀ ਗੱਲ ਆ ਵੀਰੇ ਹਨਾ, ਅਮਾਊਂਟ ਵੀ ਗਲਤ ਸੀਗੀ, ਬੈਨੀਫਿਸ਼ੀਅਰ ਨੇਮ ਵੀ ਗਲਤ ਸੀਗਾ। ਮੈਂ ਕਿਹੜਾ ਉਹਦੇ ਦੇਣੇ ਸੀਗੇ ਜਾਂ ਮੈਂ ਇਹਨਾਂ ਦੇ ਦੇਣੇ ਸੀਗੇ ਹਨਾ, ਕਿ ਮੈਨੂੰ ਇੱਕਦਮ ਇੱਦਾਂ ਬੰਦਾ ਪਹਿਲਾਂ ਜਦੋਂ ਤੁਹਾਨੂੰ ਸਾਰਾ ਕੁਛ ਚੱਲ ਕੇ ਆਇਆ, ਮੈਂ ਇੱਥੋਂ ਤੱਕ ਤੁਹਾਨੂੰ ਵਿਦ ਪ੍ਰੂਫ ਦੇ ਸਕਦਾ ਹੀ ਹੈ ਨਾ, ਉਹ ਜਿਹੜੇ ਰੈਸਟੋਰੈਂਟ 'ਚ ਬੈਠਾ ਸੀਗਾ ਅਤੇ ਉਹ ਉਹ ਓਨਰ ਨੂੰ ਵੀ ਪਤਾ ਹੈ ਨਾ ਕਿ ਉਹਦੇ ਉਹਨੂੰ ਉਹਦੇ ਕੈਮਰੇ ਲੱਗੇ ਹੋਣਗੇ, ਕਢਾ ਲੈਣ, ਮੈਂ ਸੇਮ ਡੇਟ ਦੱਸ ਦਿੰਦਾ ਵਾ ਕਿ ਹਾਂ ਵੀ ਆਇਆ ਸੀ ਬੰਦਾ ਮੇਰੇ ਕੋਲ, ਬੈਠਾ ਸੀ ਕਿ ਨਹੀਂ ਬੈਠਾ ਸੀ। ਫਿਰ ਤੂੰ ਕਹਿ ਰਿਹਾ ਕਿ ਇੱਦਾਂ ਨਹੀਂ ਹੁੰਦਾ, ਮੈਂ ਤੈਥੋਂ ਕਾਰਡ ਨਹੀਂ ਲਿਆ, ਜੀ ਨਹੀਂ ਲਿਆ, ਇੱਦਾਂ ਕਿਉਂ? ਮੈਂ ਕਿਹਾ ਬਾਈ ਕਾਰਡ ਤੈਂ ਮੰਗਣਾ ਸੀ, ਸਾਨੂੰ ਥੋੜ੍ਹੀ ਪਤਾ, ਜਿਵੇਂ ਪਹਿਲਾਂ ਇਨਸ਼ੋਰਸ ਆ, ਮੈਂ ਤਾਂ ਪਹਿਲੀ ਵਾਰੀ ਕਰਾਈਏ, ਮੈਨੂੰ ਤਾਂ ਪਤਾ ਨਹੀਂ ਟਰੈਵਲ ਇਨਸ਼ੋਰਸ ਦਾ, ਕੰਪਿਊਟਰ ਵਾਲਾ ਅਤੇ ਕੁਰਸੀ 'ਤੇ ਬਹਿਣ ਵਾਲਾ ਕੰਮ ਉਹਨਾਂ ਦਾ ਹੀ, ਮੈਂ ਟਰੱਕ ਚਲਾਉਣਾ, ਮੇਰਾ ਕੰਮ ਮਸ਼ੀਨਰੀ ਦਾ, ਸਟੇਅਰਿੰਗ ਦਾ, ਕਿ ਕਿਵੇਂ ਟਰੱਕ ਚੱਲਣਾ, ਕੀ ਚੀਜ਼ਾਂ ਨੇ ਕੀ ਨਹੀਂ, ਉਹ ਮੈਨੂੰ ਪਤਾ, ਕੰਪਿਊਟਰ ਵਾਲੀ ਚੀਜ਼ ਤਾਂ ਮੈਨੂੰ ਨਹੀਂ ਪਤਾ। ਪਰਿਵਾਰ 'ਚ ਹੁਣ ਮੈਂ ਇਕੱਲਾ ਹੀ ਰਹਿ ਗਿਆ, ਡੈਡੀ ਹੁਣ ਵੀ ਕੋਈ ਨਹੀਂ ਹੈਗਾ, ਬ੍ਰਦਰ ਵੀ ਹੈ ਨਹੀਂ ਹੈ ਨਾ ਕੋਈ ਵੱਡਾ ਮਤੋਂ, ਹੈ ਨਾ ਸਾਰੇ ਜਾਣੀ ਕਿ ਇੱਦਾਂ ਕਿ ਕੋਈ ਨਾ ਕੋਈ ਹੋ ਕੋਈ ਨਾ ਹੈਪਨ ਹੋ ਕੇ ਚਲੇ ਗਏ ਸਾਰੇ। $1,200-$2,000 ਉਹਦੇ ਨਾਲ ਅਸੀਂ ਵੀ ਸੁਰੱਖਿਅਤ ਆ, ਸਾਡੇ ਪੇਰੈਂਟਸ ਵੀ ਸੁਰੱਖਿਅਤ ਆ, ਤੇ ਅਸੀਂ ਫਾਈਨੈਂਸ਼ੀਅਲ ਤੌਰ ਤੇ ਵੀ ਸੁਰੱਖਿਅਤ ਹੋ ਜਾਂਦੇ ਹਾਂਗਾ। ਜਾਣਦਾ ਸੀ ਮੈਂ ਉਹਦੇ ਕੋਲੇ ਚਲੇ ਗਏ ਹੈ ਨਾ, ਜੇ ਮੈਂ ਤੁਸੀਂ ਮੈਂ ਜਵਾਬ ਦੇ ਦੋਗੇ ਇੱਥੇ ਹੋਰ ਬਹੁਤ ਨੇ, ਮੈਂ ਕਿਸੇ ਹੋਰ ਕੋਲੇ ਚਲੇ ਜਾਵਾਂ। ਅੱਗੇ ਫੋਨ ਕਰ ਰਿਹਾ, ਤੁਹਾਡੀਆਂ ਮਿੰਨਤਾਂ ਕੱਢ ਰਿਹਾ, ਤੁਹਾਨੂੰ ਸਾਡਾ ਫਰਜ਼ ਬਣਦਾ ਐਜ਼ ਏ ਰਾਈਟ ਕਿ ਉਹਨੂੰ ਏਜੰਟ ਹੋਣ ਦੇ ਨਾਤੇ ਉਹਨੂੰ ਸਰਵਿਸ ਦਈਏ। ਅਸੀਂ ਨਾ ਚੋਰਸਾ ਕਰਨ ਲੱਗ ਜਾਂਦੇ, ਅਸੀਂ ਨਾ ਕੁਛ ਹੋਰ ਕੋਈ ਕੰਪਨੀ 'ਚ ਰਿਐਲਟਰ ਬਣ ਜਾਂਦੇ, ਬ੍ਰੋਕਰ ਬਣ ਜਾਂਦੇ। ਨਹੀਂ, ਅੰਡਰਸਟੈਂਡ ਕਰਦੇ ਹਾਂ ਬਾਈ ਜੀ ਤੁਹਾਡੀ ਗੱਲ ਨੂੰ, ਜਿਹਨੇ ਵੀ ਤੁਹਾਨੂੰ ਇਹ ਸਰਵਿਸ ਦਿੱਤੀ ਹੈ ਬਹੁਤ ਮਾੜੀ ਸਰਵਿਸ ਆ, ਕਿਉਂਕਿ ਇਹਦੇ ਨਾਲ ਆਪਣੀ ਕਮਿਊਨਿਟੀ ਦਾ ਵੀ ਇੱਕ ਨਾਮ ਖਰਾਬ ਹੁੰਦਾ ਕਿ ਅਸੀਂ ਆਪਣਾ ਪੰਜਾਬੀ ਨੂੰ ਤੰਗ ਪਰੇਸ਼ਾਨ ਕਰ ਰਹੇ ਹਾਂ। ਸਾਹਿਬ ਹੁਣ ਤੱਕ ਕਿੰਨਾ ਕੁ ਖਰਚਾ ਆ ਚੁੱਕਿਆ ਤੁਹਾਡਾ, ਤੇ ਪਰ ਡੇ ਦੇ ਹਿਸਾਬ ਨਾਲ ਦੇਖੀਏ ਰੋਜ਼ ਦੇ ਜੇਬ ਚੋਂ ਨਿਕਲ ਰਹੇ ਨੇ ਪੈਸੇ, ਲੇਕਿਨ ਇੰਸ਼ੋਰੈਂਸ ਏਜੰਟਾਂ ਬਾਰੇ ਕੀ ਕਹੋਗੇ? ਜਿਵੇਂ ਤੁਹਾਡੇ ਨਾਲ ਤਾਂ ਹੋਈ ਆ, ਤੁਹਾਨੂੰ ਲਾਰੇ ਲਾਏ ਗਏ ਬਥੇਰੇ ਨੇ ਮਾਰਕੀਟ ਦੇ ਵਿੱਚ, ਇੱਦਾਂ ਦੇ ਜਿਹੜੇ ਕਰ ਦਿੰਦੇ ਨੇ ਥੋੜ੍ਹਾ ਜਿਹਾ ਕਲਾਇੰਟ ਦੇ ਨਾਲ ਧੱਕਾ ਤੇ ਬਾਅਦ 'ਚ ਗੱਲ ਨਹੀਂ ਸੁਣਦੇ ਗੇ, ਕੀ ਕਹੋਗੇ ਉਹਨਾਂ ਦੇ? ਇੰਸ਼ੋਰੈਂਸ ਵਾਲਾ ਬੰਦਾ ਵਾ ਨਾ, ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਪਹਿਲਾਂ ਉਹਦਾ ਮਾਰਕੀਟ 'ਚ ਕੀ ਸਿਸਟਮ ਆ, ਕੀ ਨਾਮ ਆ, ਉਹਦੇ ਰਿਵਿਊ ਕਿੱਦਾਂ ਵਾ, ਕਿਵੇਂ ਉਹਨੂੰ ਦੁਨੀਆ ਦੇਖਦੀ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਮਾਗ ਤੇ ਤੁਸੀਂ ਜੁੜੇ ਹੋ ਟਾਕ ਵਿਦ ਸਮਾਗ ਦੇ ਨਾਲ। ਅੱਜ ਆਪਾਂ ਇੱਕ ਬੜੇ ਅਹਿਮ ਮੁੱਦੇ ਤੇ ਚਰਚਾ ਕਰਨੀ ਆ। ਅਸਲ ਦੇ ਵਿੱਚ ਇਹ ਵਿਸ਼ਾ ਜਿਹੜਾ ਹੈਗਾ ਇਹ ਉਹਨਾਂ ਲੋਕਾਂ ਦੇ ਲਈ ਆ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਬੁਲਾਏ ਨੇ, ਘੁੰਮਣ ਫਿਰਨ ਲਈ ਬੁਲਾਏ ਨੇ, ਚਾਹੇ ਉਹ ਵਿਜ਼ਟਰ ਵੀਜ਼ਾ ਹੋਵੇ ਚਾਹੇ ਉਹ ਸੁਪਰ ਵੀਜ਼ਾ ਹੋਵੇ। ਪਰ ਅਸਲ ਦੇ ਵਿੱਚ ਬਹੁਤਿਆਂ ਲੋਕਾਂ ਦੇ ਕੋਲ ਹਜੇ ਵੀ ਇਨਸ਼ੋਰੈਂਸ ਨਹੀਂ ਲਈ ਆਪਣੇ ਪੇਰੈਂਟਸ ਦੀ, ਜੋ ਹੈਲਥ ਇਨਸ਼ੋਰੈਂਸ ਹੁੰਦੀ ਆ, ਤੇ ਉਸ ਤੋਂ ਬਾਅਦ ਜੇ ਉਹ ਬਿਮਾਰ ਹੋ ਜਾਂਦੇ ਨੇ, ਜੇ ਹੋਸਪਿਟਲ ਜਾਂਦੇ ਨੇ, ਉਸ ਤੋਂ ਬਾਅਦ ਪੂਰੀ ਫੈਮਿਲੀ ਦੀ ਜਿਹੜੀ ਸਿਚੁਏਸ਼ਨ ਆ, ਉਹਦੀ ਸਥਿਤੀ ਆ, ਉਹ ਬਦਲ ਜਾਂਦੀ ਆ। ਸੋ ਉਹਨਾਂ ਦੇ ਵਿੱਚੋਂ ਇੱਕ ਨੇ ਕਰਮਜੀਤ ਸਿੰਘ ਗਰੇਵਾਲ, ਜੋ ਕਿ ਬ੍ਰੈਂਪਟਨ ਦੇ ਵਾਸੀ ਨੇ, ਰਹਿਣ ਵਾਲੇ ਨੇ। ਸੋ ਇਹਨਾਂ ਦੀ ਮਾਤਾ ਪਿਛਲੇ ਕਾਫੀ ਦਿਨਾਂ ਤੋਂ ਹੋਸਪਿਟਲ ਨੇ, ਕਿਉਂਕਿ ਇੱਕ ਤਾਂ ਮਾਤਾ ਜੀ ਬਿਮਾਰ ਨੇ, ਬਾਕੀ ਇਹਨਾਂ ਦੇ ਕੋਲ ਜਿਹੜੀ ਹੈਲਥ ਇੰਸ਼ੋਰੈਂਸ ਨਹੀਂ ਹੈਗੀ। ਹੁਣ ਪਰਿਵਾਰ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਬਿਲਕੁਲ ਬਦਲ ਚੁੱਕੀਆਂ ਨੇ, ਕਿਉਂਕਿ ਪਰਿਵਾਰ ਸਟ੍ਰੈਸ ਦੇ ਵਿੱਚ ਆ, ਟੈਨਸ਼ਨ ਦੇ ਵਿੱਚ ਆ। ਪੂਰੀ ਗੱਲਬਾਤ ਅੱਜ ਆਪਾਂ ਕਰਮਜੀਤ ਗਰੇਵਾਲ ਤੋਂ ਆਪਾਂ ਸੁਣਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਨੇ? ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਠਾਕ ਜੀ, ਤੁਸੀਂ ਸੁਣਾਓ? ਠੀਕ ਠਾਕ ਹੋ? ਹਾਂਜੀ ਬਾਈ ਜੀ, ਠੀਕ ਠਾਕ। ਗਰੇਵਾਲ ਸਾਹਿਬ, ਗੱਲਾਂ ਬਾਤਾਂ ਤਾਂ ਹੁੰਦੀਆਂ ਹੀ ਰਹਿਣਗੀਆਂ, ਸਭ ਤੋਂ ਪਹਿਲਾਂ ਤਾਂ ਮੈਂ ਮਾਤਾ ਦਾ ਹਾਲ ਚਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਮਾਤਾ ਹੁਣ ਕਿਵੇਂ ਨੇ, ਠੀਕ ਠਾਕ ਨੇ? ਹਾਂਜੀ, ਮੰਮੀ ਦਾ ਅੱਗੇ ਨੂੰ ਫਰਕ ਆ, ਜਿੱਦਾਂ ਕਿ ਕਹਿ ਸਕਦੇ ਹਾਂ ਪਹਿਲਾਂ ਤਾਂ 2 ਮਹੀਨੇ ਕੋਈ ਹੈ ਨਹੀਂ ਸੀਗਾ, ਵੈਂਟੀਲੇਟਰ ਤੇ ਸੀਗੇ ਦਿਨ ਰਾਤ। ਹੁਣ ਡਾਕਟਰ ਜਾਣੀ ਪਹਿਲਾਂ ਕਿਡਨੀਆਂ ਦਾ ਵੀ, ਲੀਵਰ ਦਾ ਵੀ, ਨਮੂਨੀਆ, ਸਾਰੀਆਂ ਚੀਜ਼ਾਂ ਆ ਰਹੀਆਂ ਸੀ। ਹੁਣ ਸਾਰਾ ਕੁਛ ਠੀਕ ਹੋ ਗਿਆ ਤੇ ਵੈਂਟੀਲੇਟਰ ਸਟਿਲ ਸੀਗਾ, ਤੇ ਹੁਣ ਜਾਣੀ 4-5 ਦਿਨ ਹੋ ਗਏ, ਉਹ ਰਾਤ ਨੂੰ ਜਾਣੀ ਕਿ ਲਾ ਦਿੰਦੇ ਆ, ਦਿਨੇ ਉਤਾਰ ਦਿੰਦੇ ਆ, ਇੱਦਾਂ ਉਹ ਹੌਲੀ ਹੌਲੀ ਲਾ ਕੇ ਦੇਖਦੇ ਆ। ਹੁਣ ਜਾਣੀ 1-2 ਦਿਨ ਹੋ ਗਏ, ਉਹਨਾਂ ਨੇ ਜਮਾ ਹੀ ਨਹੀਂ ਲਾਇਆ, ਅੱਗੇ ਨੂੰ ਜਾਣੀ ਕਿ ਕਹਿ ਸਕਦੇ ਆ ਬ੍ਰੇਨ ਸਟਿਲ ਹਜੇ ਉਵੇਂ ਹੀ ਆ। ਗਰੇਵਾਲ ਸਾਹਿਬ, ਗਲਤੀ ਕਿੱਥੇ ਹੋਈ ਅਸਲ ਦੇ ਵਿੱਚ? ਇਨਸ਼ੋਰੈਂਸ ਨਾ ਲੈਣ ਦੇ ਵਿੱਚ ਕੁਤਾਹੀ ਤੁਹਾਡੇ ਤੋਂ ਹੋਈ ਆ, ਜਾਂ ਤੁਹਾਨੂੰ ਇਨਸ਼ੋਰੈਂਸ ਏਜੰਟ ਨੇ
ਮਤਲਬ ਲਾਰੇ ਲਾਈ ਗਿਆ, ਜਿਹਦੇ ਕਰਕੇ ਤੁਹਾਨੂੰ ਅੱਜ ਇਹ ਖਮਿਆਜ਼ਾ ਜਿਹੜਾ ਭੁਗਤਣਾ ਪਿਆ ਤੇ $2 ਲੱਖ ਤੋਂ ਵੱਧ ਦਾ ਜਿਹੜਾ ਖਰਚਾ ਤੁਹਾਡਾ ਹਸਪੀਟਲ 'ਚ ਆ ਗਿਆ। ਦੇਖੋ ਜਾਏ ਹੈ ਨਾ ਜੀ, ਜਦੋਂ ਸਭ ਤੋਂ ਪਹਿਲੀ ਵਾਰੀ ਘਰ ਤੇ ਆਏ ਸੀ ਉਦੋਂ ਮੈਂ ਇੰਸ਼ੋਰੈਂਸ ਕਰਵਾਈ ਸੀਗੀ ਇੰਡੀਆ ਤੋਂ, ਜਦੋਂ ਆਪਾਂ ਟੈਕਟ ਲਈ ਸੀਗੀ ਆਪਾਂ ਨਾਲ ਹੀ ਕਰਵਾਤੀ ਸੀਗੀ, ਤੇ ਉਦੋਂ ਡੈਡੀ ਆ ਕੇ ਉਹਨੇ ਬਿਮਾਰ ਹੋ ਗਏ ਸੀਗੇ ਸਰੀ, ਉਦੋਂ ਇੰਸ਼ੋਰੈਂਸ ਦਿਖਾਈ ਉਹਨਾਂ ਨੂੰ, ਕਹਿੰਦੇ ਕਿ ਤੁਸੀਂ ਜਾ ਕੇ ਉਹਦੇ ਇੰਡੀਆ ਕਲੇਮ ਕਰ ਲਿਓ ਕਿ ਇੱਥੇ ਇਹ ਚੱਲਣੀ ਨਹੀਂ ਹੈਗੀ, ਕਿ ਜਾ ਕੇ ਤੁਸੀਂ ਆਪਦਾ ਉਹਨਾਂ ਤੋਂ ਕਲੇਮ ਕਰਕੇ ਉਹਦਾ ਲੈ ਲਓ। ਮੇਰੇ ਉਹੀ ਚੀਜ਼ ਦਿਮਾਗ 'ਚ ਰਹੀ ਕਿ ਠੀਕ ਆ ਮੰਮੀ ਇੱਥੇ ਆ ਜਾਣਗੇ, ਆ ਕੇ ਮੈਂ ਆਪਦੀ ਕਰਾ ਲੂ, ਕਿਉਂਕਿ ਮੈਂ ਪਤਾ ਕੀਤਾ ਸੀ, ਉਹ ਕਹਿੰਦੇ ਸੀ ਕਿ ਜੇ ਇੱਥੇ ਆ ਕੇ ਕਰਾਉਂਦਾ ਕੋਈ ਵੀ ਇੰਸ਼ੋਰੈਂਸ ਤਾਂ 48 ਘੰਟੇ ਲੱਗਦੇ ਆ, ਜੇ ਹਫ਼ਤੇ ਦੇ ਵਿੱਚ ਵਿੱਚ ਕਰਵਾ ਲੈਂਦੇ ਆ ਆਪਾਂ, ਜੇ ਮਹੀਨਾ ਹੋ ਜਾਵੇ ਆਇਆ ਨੂੰ ਫਿਰ 1 ਵੀਕ ਲੱਗਦਾ ਚਲਾਉਣ ਚੱਲਣ 'ਚ ਇੰਸ਼ੋਰੈਂਸ ਨੂੰ। ਫਿਰ ਮੇਰੇ ਮਨ 'ਚ ਉਹੀ ਸੀਗਾ, ਮੈਂ ਕਿਹਾ ਚੱਲ ਆ ਜਾਣਗੇ ਤੇ ਜਾ ਕੇ ਫਿਰ, ਕਿਉਂਕਿ ਸਾਹਮਣੇ ਬਹਿ ਕੇ ਜਿਹੜੀ ਗੱਲਬਾਤ ਪੁੱਛਣੀ ਉਹ ਅਗਲਾ ਪੁੱਛ ਸਕਦਾ ਹੈ ਨਾ, ਤੇ ਕਰਾ ਦੂੰਗਾ ਮੈਂ। ਮੈਨੂੰ ਇਹੀ ਸੀਗਾ ਕਿਉਂਕਿ 18 ਸਤੰਬਰ ਨੂੰ ਆਏ ਸੀਗੇ ਤੇ 18 ਨੂੰ ਰਾਤ ਨੂੰ ਆਏ ਸੀ, ਫਿਰ 19 ਉਹ ਆਰਾਮ ਕਰਦਾ ਰਹੇ ਆਪਦੇ ਘਰੇ ਬੈਠੇ ਉੱਠੇ ਖੜੇ ਰਹੇ। ਚਲੋ 20 ਨੂੰ ਮੈਂ ਗਿਆ ਸੀਗਾ ਲੈ ਕੇ ਉਹਨਾਂ ਦੇ ਆਫਿਸ ਦੇ ਵਿੱਚ, ਤੇ ਜਾਣੀ ਕਿ ਆਫਿਸ ਗਿਆ ਵੀ ਕੱਲ ਦਾ, ਮੈਂ ਥੱਲੇ ਗਿਆ ਵਾਂ ਤੇ ਮੈਂ ਫੋਨ ਕੀਤਾ ਕਿ ਵੀਰੇ ਇੱਦਾਂ ਇੱਦਾਂ ਮੈਂ ਆਇਆ ਸੀਗਾ, ਤੇ ਕਹਿੰਦਾ ਮੈਂ ਬਾਹਰ ਹੀ ਆਉਣਾ, ਮੈਂ ਥੱਲੇ ਆ ਗਿਆ। ਆਏ ਤੁਸੀਂ ਤਾਂ ਇਹ ਜਿਹੜੀ ਗੱਲ ਬੈਠੇ, ਇੰਸ਼ੋਰੈਂਸ ਏਜੰਟ ਦੀ ਕਰਦੇ ਪਏ ਹੋ? ਹਾਂਜੀ ਹਾਂਜੀ ਇੰਸ਼ੋਰੈਂਸ ਏਜੰਟ ਦੀ ਗੱਲ ਕਰਦਾ, ਤੇ ਉਹ ਬਾਹਰ ਆਏ ਤੇ ਗੱਲਬਾਤ ਮਿਲੇ ਮੁਲੇ ਤੇ ਬੁਲਾਇਆ, ਚਲੋ ਉੱਥੇ ਥੱਲੇ ਰੈਸਟੋਰੈਂਟ ਆ ਉੱਥੇ ਬੈਠ ਗਏ, ਬੈਠੇ ਗੱਲਬਾਤ ਕੀਤੀ, ਸਾਰਾ ਕੁਝ ਦੱਸਿਆ ਕਿ ਮੈਂ ਕਿਹਾ ਮੈਂ ਵੀਰੇ ਮੰਮੀ ਦੀ ਇੰਸ਼ੋਰੈਂਸ ਵਾਸਤੇ ਆਇਆ ਸੀਗਾ ਕਿ ਇੰਸ਼ੋਰੈਂਸ ਕਰਨੀ ਸੀਗੀ ਤੇ ਜ਼ਰੂਰੀ ਆ ਹਨਾ, ਤੇ ਉੱਥੇ ਚਾਹ ਪਾਣੀ ਪੀਤਾ, ਬੈਠੇ ਉੱਥੇ ਬਹਿ ਕੇ ਟਾਈਮ ਕੱਢ ਲਿਆ, ਗੱਲਾਂ ਕੀਤੀਆਂ ਹਨਾ, ਤੇ ਪਰ ਮੈਂ ਕਿਹਾ ਵੀਰੇ 2 ਮਿੰਟ ਲੱਗਣੇ ਆਫਿਸ ਦੇ, ਥੱਲੇ ਆਏ ਤਾਂ ਹੋਈ ਆ। ਮੈਂ ਕਿਹਾ ਤੁਸੀਂ, ਕਹਿੰਦੇ ਕੋਈ ਨਹੀਂ ਮੈਂ ਹੁਣੀ ਘਰੋਂ ਆਇਆ ਵਾਂ ਕਿ ਮੈਨੂੰ 1-2 ਕੰਮ ਆ, ਮੈਂ ਕਰਕੇ ਤੈਨੂੰ ਬਣਾ ਕੇ ਕੋਡ ਕੱਢ ਕੇ ਭੇਜ ਦੇਣਾ। ਠੀਕ ਆ ਜੀ, ਮੈਂ ਉਹਨਾਂ ਨੇ ਉਸ ਟਾਈਮ ਲੈ ਲਿਆ ਆਧਾਰ ਕਾਰਡ, ਕਹਿੰਦੇ ਪਾਸਪੋਰਟ ਚਾਹੇ ਆਧਾਰ ਕਾਰਡ ਕੁਛ ਹੈਗਾ, ਆਈਡੀ ਪਰੂਫ ਡੇਟ ਆਫ ਬਰਥ ਹੀ ਦੇਖਣੀ ਆ ਮੈਂ। ਉਹਨਾਂ ਨੇ ਮੰਮੀ ਨੇ ਆਧਾਰ ਕਾਰਡ ਮੂਹਰੇ ਆ ਗਿਆ ਤੇ ਕਹਿੰਦੇ ਕੋਈ ਨਹੀਂ ਮੈਨੂੰ ਆਹੀ ਦੇ ਦਿਓ, ਉਹਨਾਂ ਨੇ ਆਪਦੇ ਫੋਨ 'ਚ ਫੋਟੋ ਕਲਿੱਕ ਕੀਤੀ ਤੇ ਲੈ ਲਈ। ਹੁਣ ਦੇਖਿਆ ਜਾਵੇ ਜੇ ਉਹ ਆਪਦਾ ਕੰਪਿਊਟਰ ਵਾਲਾ ਤੇ ਕੁਰਸੀ ਤੇ ਬਹਿਣ ਵਾਲਾ ਕੰਮ ਉਹਨਾਂ ਦਾ ਹੀ, ਮੈਂ ਟਰੱਕ ਚਲਾਉਣਾ, ਮੇਰਾ ਕੰਮ ਮਸ਼ੀਨਰੀ ਦਾ ਸਟੀਅਰਿੰਗ ਦਾ ਕਿ ਕਿਵੇਂ ਟਰੱਕ ਚੱਲਣਾ, ਕੀ ਚੀਜ਼ਾਂ ਨੇ ਕੀ ਨਹੀਂ ਉਹ ਮੈਨੂੰ ਪਤਾ, ਕੰਪਿਊਟਰ ਵਾਲੀ ਚੀਜ਼ ਤਾਂ ਮੈਨੂੰ ਨਹੀਂ ਪਤਾ ਜੀ ਕਿਹੜੀ ਚੀਜ਼ ਕਿਵੇਂ ਕਰਨੀ, ਕਿਉਂ ਮੈਂ ਪਹਿਲੀ ਵਾਰੀ ਇੰਸ਼ੋਰੈਂਸ ਲਈ ਸੀਗੀ ਇੱਥੇ, ਕਿਉਂਕਿ ਅਸੀਂ ਟ੍ਰੈਵਲ ਵਿਸ਼ਵਾਸ ਇੰਸ਼ੋਰੈਂਸ ਪਹਿਲੀ ਦੇ ਵਾਰੀ ਨਾਲ ਕਰਵਾਇਆ ਸੀ। ਦੂਸਰੇ ਤੇ ਯਕੀਨ ਕਰ ਲੈਨੇ ਆ, ਕੋ ਫਿਰ ਜਿਹੜੀ ਸਰਵਿਸ ਮਿਲਦੀ ਆ ਉਹ ਤੁਹਾਨੂੰ ਪਤਾ ਹੀ ਆ। ਹਾਂਜੀ, ਮੈਂ ਪਹਿਲੀ ਵਾਰੀ ਟ੍ਰੈਵਲ ਇੰਸ਼ੋਰੈਂਸ ਲਈ ਸੀਗੀ ਤੇ ਉਹਦੇ ਕਰਕੇ ਮੈਨੂੰ, ਕਿਉਂਕਿ ਇੱਕ ਆਪਾਂ ਜਿਵੇਂ ਹੁਣ ਤੁਹਾਡੇ ਨਾਲ ਮੈਂ ਵਧੀਆ ਵਰਤਦਾ ਹੋਵਾਂ, ਸਾਰਾ ਕੁਝ ਫੈਮਿਲੀ ਤੋਂ ਇੰਡੀਆ ਤੋਂ ਇੱਥੇ ਹਨਾ, ਹਰ ਚੀਜ਼ ਬਣੀ ਹੋਈ, ਇੱਕ ਪਰਿਵਾਰ 'ਚ ਆਉਣਾ ਜਾਣਾ ਹੋਵੇ ਸਾਰਾ ਕੁਝ, ਫਿਰ ਮੈਂ ਤੁਹਾਡੇ ਤੇ ਯਕੀਨ ਕਰੂੰਗਾ। ਇੱਕ ਉਹ ਯਕੀਨ ਦੇ ਵਿੱਚ ਮੈਂ ਜਾਣੀ ਰਹਿ ਗਿਆ, ਮੈਂ ਆ ਕੇ ਘਰੇ ਫੋਨ ਕੀਤਾ ਵੀਰੇ ਜ਼ਰੂਰੀ ਹੈ ਯਾਦ ਨਾ ਤੁਸੀਂ, ਹਾਂ ਹਾਂ ਮੈਂ ਕਰਕੇ ਭੇਜਦਾ, ਉਦੋਂ ਵੀ ਰਹਿ ਗਿਆ। ਮੈਂ ਇਹਨਾਂ ਨੇ ਕਿਹਾ ਵੀ ਆ, ਮੈਂ ਕਿਹਾ ਚਾਹੇ 1-1.5 ਲੱਖ ਦੀ ਹੋਵੇ, $500 ਦੇਣਾ ਮੇਰੇ ਲਈ ਸੌਖਾ ਮਹੀਨੇ ਦਾ, ਕਿ ਤੁਸੀਂ ਵਧੀਆ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਕਰ ਦਿਓ। ਠੀਕ ਆ ਜੀ, ਫਿਰ ਵੀਰੇ ਨਾ ਹੁਣ ਮੈਂ ਵੀ ਇਕੱਲਾ ਕਮਾਉਣ ਵਾਲਾ ਵਾਂ, ਸਾਰੀਆਂ ਫੈਮਿਲੀ ਦੇ ਵਿੱਚ ਮੈਂ ਇਕੱਲਾ ਹੀ ਕਮਾਉਣ ਵਾਲਾ, ਕਿਉਂਕਿ ਸਾਡੇ ਆਲਰੇਡੀ ਮਗਰੋਂ ਫੈਮਿਲੀ ਦੇ ਵਿੱਚ 4-5 ਸਾਲਾਂ 'ਚ ਲਗਾਤਾਰ ਮੌਤਾਂ ਹੋਈਆਂ, ਪਰਿਵਾਰ 'ਚ ਹੁਣ ਮੈਂ ਇਕੱਲਾ ਹੀ ਰਹਿ ਗਿਆ, ਡੈਡੀ ਹੁਣੀ ਵੀ ਕੋਈ ਨਹੀਂ ਹੈਗਾ, ਬ੍ਰਦਰ ਵੀ ਹੈ ਨਹੀਂ ਹੈ ਨਾ ਵੱਡਾ ਮਿੱਤੋਂ, ਹੈ ਨਾ ਸਾਰੇ ਜਾਣੀ ਕਿ ਇੱਦਾਂ ਕਿ ਕੋਈ ਨਾ ਕੋਈ ਹੋ, ਕੋਈ ਨਾ ਹੈਪਨ ਹੋ ਕੇ ਚਲੇ ਗਏ ਸਾਰੇ। ਤੇ ਮੈਨੂੰ ਵੀ ਹੁਣ ਜਦੋਂ ਕੰਮ ਤੋਂ ਫੋਨ ਆ ਗਿਆ, ਰਿਸੈਸ਼ਨ ਚੱਲਦਾ ਸਾਨੂੰ, ਮੈਨੂੰ ਵੀ ਹੁੰਦਾ ਕਿਸੇ ਨਾ ਕੰਮ ਆਵੇ ਤੇ ਜਾਈਏ ਅਸੀਂ, ਉਹ ਫੋਨ ਆ ਗਿਆ, ਮੇਰਾ ਧਿਆਨ ਉੱਧਰ ਹੋ ਗਿਆ, ਮੰਮੀ ਕਹਿੰਦੀ ਕਿੰਨੇ ਕੁ ਦਿਨ ਘਰੇ ਬੈਠਾ ਰਹੇਗਾ ਕਿ ਕੰਮ ਤਾਂ ਕਰਨਾ ਹੀ ਆਪਾਂ, ਤੇ ਮੈਂ ਚੱਕਿਆ ਜੀ ਆਪਦਾ ਸਮਾਨ ਸਮੂਨ, ਟਰੱਕ ਚੱਕਿਆ, ਮੈਂ ਚਲਿਆ ਗਿਆ। ਮੇਰੇ ਨਾਲ ਵਧੀਆ ਹੱਸਦੇ ਖੇਡਦੇ ਗੱਲਾਂ ਕਰਦੇ ਨੇ ਨਾਲੇ, ਮੈਂ ਫਿਰ 3 ਵਾਰੀ ਮੈਂ ਫੋਨ ਕੀਤਾ ਉਹ ਬੰਦੇ ਨੂੰ ਆਲਰੇਡੀ, ਤੇ ਬਣਾਉਣਾ ਕੱਢਦਾ ਭੇਜਦਾ ਬਸ ਉਹੀ ਚੀਜ਼ਾਂ। ਜਦੋਂ ਉੱਥੇ ਜਾ ਕੇ ਫਿਰ ਮੈਂ ਕੰਮ 'ਚ ਬਿਜ਼ੀ ਹੋ ਗਿਆ ਥੋੜ੍ਹਾ ਜਿਹਾ, ਤੇ 25 ਤਰੀਕ ਰਾਤ ਨੂੰ ਬਿਮਾਰ ਹੋ ਜਾਂਦੇ ਆ, ਹੌਸਪੀਟਲ ਚਲੇ ਜਾਂਦੇ ਆ, ਮੰਮੀ ਇੱਕਦਮ ਸਾਹ ਰੁਕ ਜਾਂਦਾ ਵਾ, ਤੇ ਉੱਥੇ ਲੈ ਕੇ ਜਾਂਦੇ ਆ। ਮਾਤਾ ਜੀ ਨੂੰ ਆਏ ਨੂੰ ਕਿੰਨਾ ਟਾਈਮ ਹੋ ਗਿਆ ਸੀ ਇੱਥੇ? ਸਾਰਾ ਵੀਕ ਹੀ ਹੋਇਆ ਸੀਗਾ ਜੀ, 1 ਵੀਕ ਹੀ ਹੋਇਆ ਸੀ। ਪਿਛਲੇ ਵੀਕ ਤੋਂ ਤੁਸੀਂ ਉਹਦੀਆਂ ਮਿੰਨਤਾਂ ਕੱਢ ਰਹੇ ਸੀ ਔਰ ਇੰਸ਼ੋਰੈਂਸ ਏਜੰਟ ਦੀਆਂ ਕਿ ਭਾਈ ਸਾਡੀ ਇੰਸ਼ੋਰੈਂਸ ਕਰ ਦੇ, ਇੰਸ਼ੋਰੈਂਸ ਕਰ ਦੇ। ਹਾਂਜੀ ਹਾਂਜੀ, 1 ਵਾਰੀ ਮੈਂ ਪਹਿਲੀ ਵਾਰੀ ਜਾ ਕੇ ਆਇਆ, ਉਦੋਂ ਬਾਅਦ 3 ਫੋਨ ਕੀਤੇ ਨੇ ਮੈਂ। ਤੇ ਮੈਂ ਜਦੋਂ ਰਾਤ ਨੂੰ ਫੋਨ ਕੀਤੇ, ਕਿਉਂਕਿ ਸਰੀ ਇੱਥੇ ਟਾਈਮ ਜ਼ਿਆਦਾ ਹੋਇਆ ਸੀ, ਮੇਰੇ ਕੋਲੇ 10-11 ਹੀ ਬੱਚੇ ਸੀਗੇ, ਮੈਂ ਸਰੀ ਸੀ ਉਸ ਦਿਨ। ਮੈਂ ਫੋਨ ਕੀਤਾ ਬਾਈ ਇੱਦਾਂ ਦਾ ਹਨਾ, ਚੱਕਿਆ ਨਹੀਂ ਫੋਨ ਦਿਨੇ, ਮੈਨੂੰ ਕਹਿੰਦੇ ਫੋਨ ਆਇਆ ਸੀ ਠੀਕ ਆ ਸਾਰਾ ਕੁਛ। ਮੈਂ ਕਿਹਾ ਬਾਈ ਇੱਦਾਂ ਕਰਕੇ ਗੱਲ ਆ, ਮੈਂ ਤੁਸੀਂ ਮੈਨੂੰ ਇੰਸ਼ੋਰੈਂਸ ਦੇ ਪੇਪਰ, ਇੰਸ਼ੋਰੈਂਸ ਭੇਜਿਆ ਨਹੀਂ ਕੁਛ ਵੀ ਨਹੀਂ ਹੈ ਨਾ, ਕਿ ਮੈਂ ਉੱਥੇ ਆਹ ਚੱਕਰ ਪੈ ਗਿਆ ਹੋਸਪਿਟਲ ਦੇਣਾ ਹਨਾ,
ਕਹਿੰਦਾ ਓਹੋ ਯਾਰ ਮੈਨੂੰ ਰਿਮਾਇੰਡ ਕਰਾ ਦਿੰਦਾ ਮਾੜਾ ਜਿਹਾ, ਦੱਸ ਦਿੰਦਾ ਕਿ ਮੇਰੇ ਮਾਇੰਡ ਚੋਂ ਸਕਿੱਪ ਹੋ ਗਿਆ। ਮੈਂ ਕਿਹਾ ਯਾਰ ਵੀਰੇ ਹੁਣ ਤੁਹਾਨੂੰ ਬਾਰ ਬਾਰ ਕਹਿਣ ਦੇ ਨਾਲ ਉਹ ਵੀ ਹਨਾ, ਮੈਂ ਕਿਹਾ ਇਦੂ ਬਾਅਦ ਮੈਂ ਕਿਹਾ ਹੁਣ ਕੀ ਕਰ ਸਕਦਾ ਨਾ। ਮੈਂ ਥੋੜਾ ਜਿਹਾ ਉਹੋ ਜਿਹੇ ਹਿਸਾਬ ਨਾਲ ਵੀ ਗੱਲ ਕੀਤੀ, ਮੈਂ ਕਿਹਾ ਇਹ ਤਾਂ ਤੁਹਾਡੇ ਲਈ ਗਲਤ ਗੱਲ ਆ ਹਨਾ, ਕਿ ਤੁਸੀਂ ਚਲੋ ਕੋਈ ਤਰੀਕੇ ਨਾਲ ਗੱਲ ਕਰ ਲਓ ਆਪਦੀ ਇੰਸ਼ੋਰੈਂਸ ਕੰਪਨੀ ਨਾਲ ਗੱਲ ਕਰ ਲਓ ਕਿ ਭਾਈ ਏਦਾਂ ਦਾ ਸਾਰਾ ਕੁਝ ਦਿੱਤਾ ਹਨਾ ਏਦਾਂ, ਉਹ ਗੱਲ ਤੇ ਨਹੀਂ ਆਇਆ ਜੀ ਹਨਾ। ਤੇ ਫਿਰ ਮੈਂ ਉਹੋ ਜਿਹੇ ਹਿਸਾਬ ਨਾਲ ਗੱਲ ਵੀ ਕੀ, ਮੈਂ ਗੁੱਸੇ 'ਚ ਵੀ ਕਿਹਾ ਹਨਾ, ਮੈਂ ਕਿਹਾ ਬਾਈ ਫਿਰ ਤਾਂ ਹੀ ਤੁਹਾਨੂੰ ਸਾਰੇ WFG ਨੂੰ ਗਾਲਾਂ ਕੱਢਦੇ। ਸਿੱਧੀ ਜੀ ਗੱਲ ਆ ਵੀਰੇ ਹਨਾ, ਕਿ ਜਿਹੜੀ ਨਹੀਂ ਗੱਲ ਆ ਬਾਈ ਨਾ, ਜੀ, ਕਿ ਅੱਜ ਮੈਂ ਦੇਖੋ ਤਾਂ ਅੱਜ ਨਾ ਤੁਹਾਨੂੰ ਇਸ ਮੀਡੀਆ ਦੇ ਜ਼ਰੀਏ ਬਹੁਤ ਦੁਨੀਆ ਦੇਖ ਰਹੀ ਆ, ਹਜ਼ਾਰਾਂ ਵੀ ਲੱਖਾਂ ਵੀ ਲੋਕ ਸੁਣਦੇ ਹੋਣੇ ਆ। ਕੀ ਹਾਂਜੀ ਤੁਸੀਂ ਦੱਸ ਸਕਦੇ ਹੋ ਕਿਹੜੀ ਕੰਪਨੀ ਦੇ ਸੀਗੇ? ਮੈਂ ਨਹੀਂ ਕਹਿੰਦਾ ਵੀ ਉਸ ਬੰਦੇ ਦਾ ਨਾਮ ਲਓ, ਕੰਪਨੀ ਦੱਸ ਸਕਦੇ ਹੋ ਕਿਹੜੀ ਸੀ, ਤਾਂ ਜੋ ਬਹੁਤੇ ਲੋਕਾਂ ਨਹੀਂ, ਥੋੜੀ ਜਿਹੀ ਮੈਂ ਜਾਣੂ ਹੋ WFG ਜਾਣ। ਵਾਲਿਆਂ ਦੇ ਗਿਆ ਸੀਗਾ ਜੀ ਹਨਾ, ਉਹਨਾਂ ਦੇ ਗਿਆ ਸੀਗਾ, ਸਿੱਧੀ ਜੀ ਗੱਲ ਹੀ ਮੇਰੀ ਤਾਂ, ਕਿਉਂਕਿ ਯਕੀਨ ਕਰਦੇ ਜੇ ਹੁਣ ਜੇ ਮੈਂ ਤੁਹਾਡੇ ਤੇ ਯਕੀਨ ਕਰਦਾ, ਮੈਨੂੰ ਇਹ ਨਹੀਂ ਪਤਾ ਸੀ ਕੰਪਨੀ ਨਾਲ ਕੰਮ ਕਰ, ਠੀਕ ਹੈ, ਮੈਂ ਤੁਹਾਡੇ ਤੇ ਯਕੀਨ ਕਰਦਾ ਕਿ ਤੁਸੀਂ ਇੰਸ਼ੋਰੈਂਸ ਕੰਪਨੀ ਨਾਲ ਕੰਮ ਕਰਦੇ ਹੋ, ਜਿਹਨੂੰ ਮੈਂ ਜਾਣਦਾ ਸੀ ਮੈਂ ਉਹਦੇ ਕੋਲੇ ਚਲਿਆ ਗਿਆ ਜੀ ਹਨਾ। ਜੇ ਮੈਨੂੰ ਤੁਸੀਂ ਮੈਨੂੰ ਜਵਾਬ ਦੇ ਦੋਗੇ ਇੱਥੇ ਹੋਰ ਬਹੁਤ ਨੇ, ਮੈਂ ਕਿਸੇ ਹੋਰ ਕੋਲੇ ਚਲੇ ਜਾਂਦਾ। ਫੋਨ ਕਰ ਰਿਹਾ, ਤੁਹਾਡੀਆਂ ਮਿੰਨਤਾਂ ਕੱਢ ਰਿਹਾ, ਤੁਹਾਨੂੰ ਸਾਡਾ ਫਰਜ਼ ਬਣਦਾ ਐਜ਼ ਏ ਰਾਈਟ ਕਿ ਉਹਨੂੰ ਏਜੰਟ ਹੋਣ ਦੇ ਨਾਤੇ ਉਹਨੂੰ ਸਰਵਿਸ ਦਈਏ। ਮੈਂ ਵੀ ਇੱਕ ਇੰਸ਼ੋਰੈਂਸ ਏਜੰਟ ਆ, ਦੇਖੋ 15 ਤੋਂ 20 ਮਿੰਟ ਲੱਗਦੇ ਨੇ ਸਾਰੇ, ਤੁਸੀਂ ਡਾਕੂਮੈਂਟ ਦਿਓ, ਹਾਂਜੀ 15 ਤੋਂ 20 ਮਿੰਟ ਲੱਗਦੇ ਨੇ ਅਗਲੇ ਨੂੰ ਕੋਟੇਸ਼ਨ ਦੇ ਕੇ ਤੇ ਉਹਦੀ ਜਿਹੜੀ ਪਾਲਿਸੀ ਉਹਨੂੰ ਦਿਓ। ਪਰ ਮੈਂ ਅਫਸੋਸ ਆ, ਪਹਿਲਾਂ ਵੀ ਇੰਸ਼ੋਰੈਂਸ ਕਰਵਾਈ ਹੈ ਇਹਨਾਂ ਤੋਂ, ਮੈਂ ਪਹਿਲਾਂ ਵੀ ਕਰਵਾਈ ਸੀ ਇੰਸ਼ੋਰੈਂਸ, ਅਸੀਂ 3 ਜਣਿਆਂ ਦੀ ਇਕੱਠਿਆਂ ਦੀ ਇੱਕ ਬਹਿ ਕੇ ਕਰਵਾਈ ਹੈ, ਮੈਂ ਆਫਿਸ 'ਚ ਬੈਠ ਕੇ ਕਰਵਾਈ ਹੈ ਹਨਾ। ਉਹ ਮਿੰਟ 10-10 20-20 ਮਿੰਟ ਲੱਗੇ ਨੇ ਤਿੰਨਾਂ ਦੀ ਕਰਤੀ, ਠੀਕ ਹੈ ਜੀ, ਤੇ ਸਾਰਾ ਕੁਛ ਮੈਂ ਕੋਲੇ ਬੈਠ ਕੇ ਕਰਵਾ ਕੇ ਆ। ਮੇਰੇ ਕੋਲ ਹੁਣ ਵੀ ਮੇਰੀ ਕਾਰ 'ਚ ਪੇਪਰ ਪਏ ਹੋਣੇ ਇਹਨਾਂ ਦੇ ਨਾਂ ਦੇ। ਗਰੇਵਾਲ ਸਾਹਿਬ, ਹੁਣ ਤੱਕ ਕਿੰਨਾ ਕੁ ਖਰਚਾ ਆ ਚੁੱਕਿਆ ਤੁਹਾਡਾ, ਤੇ ਪਰ ਡੇ ਦੇ ਹਿਸਾਬ ਨਾਲ ਦੇਖੀਏ ਰੋਜ਼ ਦੇ ਜੇਬ ਚੋਂ ਨਿਕਲ ਰਹੇ ਨੇ ਪੈਸੇ? ਦੇਖੋ ਜੀ ਹਨਾ, $5,000 ਇੱਕ ਦਿਨ ਦਾ ਕਮਰੇ ਦਾ ਕਰਾਇਆ ICU ਦਾ, ਤੇ ਜਿਹੜੀ ਨਿੱਕੀ ਨਿੱਕੀ ਮਸ਼ੀਨਾਂ ਛੋਟੀਆਂ ਛੋਟੀਆਂ ਜੋ ਚੈੱਕ ਕਰਦੇ ਆ, ਜਾਂ ਕੋਈ ਵੀ ਇੱਕ ਪਾਈਪ ਦਾ ਵੀ ਹਨਾ ਛੋਟਾ ਛੋਟਾ, ਹਰੇਕ ਦਾ ਆਪਦਾ ਆਪਦਾ ਚਾਰਜ ਆ। ਤੇ ਜਿਹੜਾ ਡਾਕਟਰ ਦਾ ਵਾ, ਹਰੇਕ ਹਫ਼ਤੇ ਡਾਕਟਰ ਚੇਂਜ ਹੁੰਦਾ, ਹਰੇਕ ਹਫ਼ਤੇ। ਜੇ ਮੈਂ ਹੋਸਪਿਟਲ ਵਾਲਿਆਂ ਨੂੰ ਕਹਿਣਾ ਤੁਹਾਡੇ ਹੋਸਪਿਟਲ 'ਚ ਕੋਈ ਡਾਕਟਰ, ਉਹ ਕਹਿੰਦੇ ਸਾਡੇ ਡਾਕਟਰ ਇਹ ਹੋਸਪਿਟਲ ਦੇ ਹੀ ਆ, ਪਰ ਇਹ ਚਾਰਜ ਕਰਦੇ ਆ, ਕਿਉਂਕਿ ਕੋਈ ਕੋਈ 2,000 ਲੈਂਦਾ ਜੀ, ਕੋਈ 2,200 ਲੈਂਦਾ, ਕੋਈ 1,800 ਲੈਂਦਾ, ਕੋਈ 2,900 ਲੈਂਦਾ। ਇਹ ਮੈਂ ਦਿੱਤੇ ਹੋਏ ਜਿਹੜੇ ਮੇਰੇ ਦਿਮਾਗ 'ਚ ਜਿਵੇਂ ਮੈਂ ਬੋਲ ਰਿਹਾ, ਇਹ ਦੇ ਰਿਹਾ ਵਾ। ਜਿੱਦਾਂ ਵੀ ਫਿਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਉਹ ਡਾਕਟਰ ਜਦੋਂ ਨੈਕਸਟ ਵੀਕ ਕੋਈ ਚੇਂਜ ਹੋ ਕੇ, ਜਿਵੇਂ ਹੁਣ 10 ਦਿਨ 3-4 ਹਫ਼ਤੇ ਲੰਘੇ, ਇੱਕ ਡਾਕਟਰ ਆਇਆ ਸੀ, ਉਹਨੇ ਮੇਰੇ ਤੋਂ 2,900 ਜਾਣੇ 2,500 ਜਾਂ ਕੁਛ ਲਿਆ, ਉਹਨੇ ਜਦੋਂ ਕੋਈ ਉਹਦੀ ਅਗਲੀ ਵਾਰੀ ਵਾਰੀ ਆਉਣੀ ਆ, ਉਹਨੇ ਸੇਮ ਪੈਸੇ ਨਹੀਂ ਲੈਣੇ ਗੇ, ਉਹ ਚੇਂਜ ਹੋ ਜਾਂਦਾ, ਉਹਦਾ ਪ੍ਰਾਈਸ ਵੀ ਚੇਂਜ ਹੋ ਜਾਂਦਾ। ਹੁਣ ਮੈਂ ਕੱਲ $1,500 ਦੇ ਕੇ ਹਟਿਆ ਜੀ ਹਨਾ, ਤੇ ਉਹਨੇ ਮੇਰੇ ਤੋਂ $2,200 ਮੰਗਿਆ। ਮੈਂ ਕਿਹਾ ਮੇਰੇ ਕੋਲ 1,500 ਹੀ ਆ, ਮੈਂ ਕਿਹਾ ਮੇਰਾ ਕੋਈ ਇਹੋ ਜਿਹਾ ਦੋਸਤ ਨਹੀਂ ਜਿਸ ਤੋਂ ਮੈਂ ਨਹੀਂ ਪੈਸੇ ਫੜੇ ਹਨਾ, ਤੇ ਮੈਂ ਆਲਰੇਡੀ ਬਹੁਤ ਜਾਣੀ ਫਸਿਆ ਹੋਇਆ ਵਾ, ਮੇਰਾ ਕੰਮ ਵੀ ਇੰਨਾ ਬੀਜ਼ੀ ਨਹੀਂ ਹੈਗਾ, ਮੈਂ ਕੰਮ ਦੇ ਲਈ ਵੀ ਬਹੁਤ ਸਲੋਅ ਆ ਮੇਰਾ, ਤੇ ਤੂੰ ਮੇਰੀ ਮਾੜਾ ਮੋਟਾ ਸਮਝ ਮੈਨੂੰ ਹਨਾ। ਕਹਿੰਦਾ ਮੈਨੂੰ ਕੋਈ ਐ ਨਹੀਂ ਹੈਗਾ, ਤੇਰੀ ਪ੍ਰੋਬਲਮ ਆ ਇਹ, ਜੇ ਤੂੰ ਨਹੀਂ ਇਲਾਜ ਕਰਾ ਸਕਦਾ ਤਾਂ ਆਪਦੀ ਘਰੇ ਲੈ ਜਾ ਹਨਾ। ਤੇ ਮੈਂ ਕਹਿੰਦਾ ਤੈਨੂੰ ਤਾਂ ਹੀ ਤਾਂ ਕਹਿੰਦਾ ਤੂੰ ਘਰੇ ਲੈ ਜਾ, ਕਹਿੰਦਾ ਉਹ ਮੈਨੂੰ ਡਾਕਟਰ ਇਹ ਕਹਿ ਰਿਹਾ। ਫਿਰ ਦੂਸਰੀ ਗੱਲ, ਜਦੋਂ ਮੈਂ ਕਿਹਾ ਤੈਨੂੰ ਮੈਂ ਇਹ ਨਹੀਂ ਕਹਿੰਦਾ, ਤੂੰ ਮੇਰਾ ਪ੍ਰੋਮਿਸ ਕੀਤਾ ਸੀ, ਮੈਂ ਕਿਹਾ ਜੇ ਮੈਂ ਤੇਰੇ ਨਾਲ ਪ੍ਰੋਮਿਸ ਸੀ ਮੈਂ ਤੈਨੂੰ ਦੇ ਵੀ ਰਿਹਾ ਵਾ ਹਨਾ, ਕਿ ਤੂੰ, ਪਰ ਮੈਨੂੰ ਤਾਂ ਸਮਝ ਹੈ ਨਾ, ਮੈਂ $1,500 ਦੇ ਤਾ ਉਹਨੂੰ। ਕਹਿੰਦਾ ਓਕੇ ਤੂੰ $1,500 ਦੇ ਦੇ, $700 ਕਦੋਂ ਦੇਗਾ ਮੈਨੂੰ? ਕਹਿੰਦਾ ਫਿਰ ਕਹਿੰਦਾ ਤੇਰੇ ਤੇਰਾ ਮੇਰੇ ਕੋਲੇ ਏਦਾਂ ਵਾ ਕਿ ਮੈਂ ਕਲੈਕਸ਼ਨ ਡਿਪਾਰਟਮੈਂਟ ਨੂੰ ਦੇ ਸਕਦਾ ਵਾ, ਫਿਰ ਤੈਨੂੰ ਪ੍ਰੋਬਲਮ ਆਊਗੀ ਏਦਾਂ ਏਦਾਂ, ਮੈਨੂੰ ਜਾਣੀ ਕਿ ਇੱਕ ਤਰ੍ਹਾਂ ਦੀ ਉਹਦੀ ਇਹੋ ਜਿਹੀ ਗੱਲ ਵੀ ਗਈ। ਫਿਰ ਇੱਕ ਦਿਨ ਕਹਿੰਦਾ ਜੇ ਤੂੰ ਡਿਸੀਜਨ ਨਹੀਂ ਲਏਗਾ ਤਾਂ ਤੈਨੂੰ ਬਾਈਕੋਟ ਰਾਹੀਂ ਫਿਰ ਕੁਛ ਅਸੀਂ ਮਤਲਬ ਡਰਾ ਰਹੇ ਨੇ, ਡਿਸੀਜਨ ਲਵਾ ਧਮਕਾ ਲਵਾਂਗੇ ਰਹੇ ਨੇ ਹਸਪੀਟਲ ਦੇ ਵੱਲੋਂ ਵੀ ਉਹਨਾਂ ਨੂੰ ਬਾਈ ਪੈਸੇ ਬਾਈਕੋਟ ਚਾਹੀਦੇ ਨੇ, ਕਿ ਰਾਹੀਂ ਜੇ ਕਹਿੰਦਾ ਤੁਹਾਡਾ ਤੁਹਾਨੂੰ $1,00,000 ਬਣਿਆ, 2 ਲੱਖ ਬਣਿਆ ਤਾਂ ਤੁਸੀਂ ਦੇਣਾ ਹੀ ਪੈਣਾ ਤੁਹਾਨੂੰ। ਕਹਿੰਦਾ ਕਿ ਬਾਈ ਕੋਰਟ ਰਾਹੀਂ ਫਿਰ ਤੈਨੂੰ, ਕਹਿੰਦਾ ਜੇ ਤੂੰ ਡਿਸੀਜਨ ਨਹੀਂ ਲੈ ਸਕਦਾ ਫਿਰ ਅਸੀਂ ਬਾਈ ਕੋਰਟ ਰਾਹੀਂ ਡਿਸੀਜਨ ਲਵਾਵਾਂਗੇ। ਕਹਿੰਦਾ ਗਰੇਵਾਲ ਸਾਹਿਬ, ਕਿਸੇ ਧਾਰਮਿਕ ਸੰਸਥਾਵਾਂ ਜਾਂ ਸਮਾਜਿਕ ਸੰਸਥਾਵਾਂ ਦੇ ਨਾਲ ਸੰਪਰਕ 'ਚ ਹੋ, ਕੀ ਮਦਦ ਮੰਗ ਰਹੇ ਹੋ ਉਹਨਾਂ ਤੋਂ, ਕੀ ਉਮੀਦ ਹੈ ਤੁਹਾਨੂੰ, ਕੀ ਜਿਹੜੇ ਸਾਡੇ ਪੰਜਾਬੀ? ਇੱਕ ਵਾਰੀ ਫੋਨ ਕੀਤਾ ਸੀਗਾ ਮਨੁੱਖਤਾ ਸੇਵਾ ਵਾਲਿਆਂ ਨੂੰ, ਮਿੰਟੂ ਨੂੰ, ਉਹ ਅਸੀਂ ਪਿੱਛੋਂ ਵੀ ਜਾਣਦੇ ਹਾਂ, ਠੀਕ ਹੈ ਜੀ, ਸਾਡੇ ਇੰਡੀਆ 'ਚ ਦਫ਼ਤਰ, ਸਾਡੇ ਇੰਡੀਆ ਸਾਡਾ ਟਰੱਕਾਂ ਦਾ ਹੀ ਕੰਮ ਸੀਗਾ ਇੰਡੀਆ ਵੀ ਹਨਾ, ਸਾਡੇ ਇਕੱਠੇ ਨਾਲ ਦੇ ਇੱਕ ਦੂਜੇ ਦੇ ਨਾਲ ਦਫ਼ਤਰ ਸੀਗੇ ਸਾਰੇ, ਉਹ ਬਹੁਤ ਜਾਣੀ ਕਈ ਸਾਲਾਂ ਤੋਂ ਜਾਣੀ ਕਿ ਪਹਿਲਾਂ ਜਾਣਦੇ ਵਰਤਦੇ। ਮੈਂ ਫਿਰ ਫੋਨ ਕੀਤਾ, ਪਹਿਲਾਂ ਤਾਂ ਠੀਕ ਆ ਮੇਰੀ ਗੱਲ ਸੁਣ ਲਈ ਹਨਾ, ਮੈਨੂੰ ਕਹਿੰਦੇ ਕੋਈ ਨੀ, ਮੈਂ ਕਿਹਾ ਐਂ ਕਰਕੇ ਪ੍ਰੋਬਲਮ ਆ ਜੀ, ਤੇ ਵੀਰੇ ਦੇਖ ਲਿਓ ਹਨਾ ਜੇ ਹੋ ਸਕਦਾ, ਤੁਸੀਂ ਤੁਹਾਡੇ ਨਾਲ ਬਹੁਤ ਜੁੜੇ ਹੋਏ ਨੇ ਹਨਾ NGO ਵਗੈਰਾ ਸਾਰੇ,
ਤੁਸੀਂ ਇੱਕ ਮੇਰਾ ਮੈਸੇਜ ਪਾ ਦਿਓ ਹੈ ਨਾ ਸਾਰਿਆਂ 'ਚ, ਕੋਈ ਨਹੀਂ ਮੈਂ ਦੇਖ ਕੇ ਪਾ ਦਿੰਦਾ ਨਾ, ਮੇਰੇ ਵਟਸਐਪ ਤੋਂ ਸਾਰਾ ਕੁਛ ਭੇਜਿਆ ਹੋਇਆ ਵਾ, ਤੇ ਉਹ ਅੱਜ ਤੱਕ ਸੀਨ ਹੀ ਨਹੀਂ ਹੋਏ, ਪਾਉਣੀ ਤਾਂ ਬਹੁਤ ਪਰੇ ਦੀ ਗੱਲ ਤੇ ਅਫਸੋਸ ਇਸ ਜਾਣ ਗੱਲ ਦਾ ਪਛਾਣ ਦੇ ਵਿੱਚ। ਗਰੇਵਾਲ ਸਾਹਿਬ, ਮੈਂ ਵੀ ਇਸ ਮੀਡੀਆ ਦੇ ਜ਼ਰੀਏ ਜਿੰਨੇ ਵੀ ਆਪਾਂ ਨੂੰ ਲੋਕ ਸੁਣਦੇ ਆ ਪੰਜਾਬੀ, ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆ, ਸੋ ਮੈਂ ਵੀ ਇਹੀ ਅਰਦਾਸ ਕਰਦਾ ਕਿ ਉਹ ਤੁਹਾਨੂੰ ਕੁਛ ਨਾ ਕੁਛ ਹੈਲਪ ਜ਼ਰੂਰ ਕਰਨ, ਕਿਉਂਕਿ ਪੰਜਾਬੀ ਹਾਂਜੀ ਜਾਣੇ ਜਾਂਦੇ ਆ ਦਾਨੀ ਹੁੰਦੇ ਆ, ਪੰਜਾਬੀ ਦੂਜਿਆਂ ਦੀ ਮਦਦ ਕਰਨ ਵਾਲੇ ਹੁੰਦੇ ਆ, ਪਰ ਅੱਜ ਪੰਜਾਬੀ ਤੇ ਭੀੜ ਪਈ ਆ, ਸਾਨੂੰ ਨਾਲ ਖੜਨਾ ਚਾਹੀਦਾ ਗਾ। ਦੇਖੋ ਜੀ, ਹੁਣ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ ਇਹਨਾਂ ਦਾ ਹੈ ਨਾ, ਜਿਹਦੇ ਜਦੋਂ ਸਾਰਾ ਕੁਛ ਹੋ ਜਾਂਦਾ, ਕੋਈ ਇਹੋ ਜਿਹੀ ਚੀਜ਼ ਹੋ ਜਾਂਦੀ, ਉਦੋਂ ਤਾਂ ਬਹੁਤ ਜਾਣੀ ਕਿ ਜਿਹਨੂੰ ਜਦੋਂ ਕੋਈ ਨਹੀਂ ਦੇਖਣ ਵਾਲਾ ਹੁੰਦਾ ਨਾ, ਉਦੋਂ ਸਾਰੀ ਦੁਨੀਆਂ ਦੇ ਵਿੱਚ ਕੋਈ ਇਹੋ ਜਿਹੇ ਲੋਕ ਵੀ ਨੇ ਉੱਠ ਕੇ, ਫਿਰ ਸਾਰੇ ਇੱਕ ਤਰ੍ਹਾਂ ਦੇ ਸਾਰੀ ਦੁਨੀਆ ਹੀ ਕਹਿੰਦੀ ਹੈ ਕਿ ਬਾਈ ਏਦਾਂ ਨਹੀਂ ਸੀ, ਏਦਾਂ ਸੀ, ਪਰ ਜਿਉਂਦੇ ਜੀ ਗੋ ਜਾਗਦੇ ਫੰਡ ਤਾਂ ਦੇ ਕੋਈ ਥਰੂ ਕਿਸੇ ਤੁਸੀਂ ਨੂੰ ਗਏ ਹੋ, ਪੁੱਛਦਾ ਟਰਾਈ ਨਹੀਂ। ਕੀਤਾ ਗੋ ਫੰਡ, ਕੁਛ ਆਈ ਪੇਮੈਂਟ ਉਧਰੋਂ ਵਗੈਰਾ, ਦਾਨ ਵਗੈਰਾ ਹੋਇਆ ਤੁਹਾਨੂੰ ਕੁਛ? ਨਹੀਂ, ਗੋ ਫੰਡ ਦਾ ਹੀ ਮੈਂ ਚਲਾਇਆ ਸੀਗਾ ਲਿੰਕ ਹੈ ਨਾ, ਗੋ ਫੰਡ ਚੋਂ ਮੈਂ ਤੁਹਾਨੂੰ ਕਹਾਂ ਕਿ $14,000 ਇਕੱਠਾ ਹੋਇਆ ਸੀਗਾ, ਪਰ ਉਹ ਇਨਫ ਤੇ ਨਹੀਂ ਹੈਗੇ ਜਿਸ ਹਿਸਾਬ ਨਾਲ ਤੁਹਾਡੇ ਖਰਚੇ ਨੇ ਰੋਜ਼ ਉਹ ਦੇ। ਤਾਂ ਤੁਹਾਨੂੰ 2 ਮਹੀਨਿਆਂ ਦੇ ਵਿੱਚ $14,000 ਹੀ ਜਿਹੜਾ ਹੋਇਆ, ਉਹ ਤੋਂ ਇਲਾਵਾ ਤਾਂ ਜਿਹੜੇ ਫਿਰ ਕੰਮ ਦੇ ਪੈਸੇ 2 ਹਜ਼ਾਰ, ਕਦੇ 3 ਹਜ਼ਾਰ ਆਉਂਦਾ, ਕਦੇ ਬਾਈ ਵੀਕਲੀ 4 ਹਜ਼ਾਰ ਆਉਂਦਾ, ਜਿੰਨੇ ਵੀ ਚੈੱਕ ਆਉਂਦਾ ਵਾ ਕੁਛ ਵੀ ਆਉਂਦਾ, ਮੈਂ ਉਹਦੇ ਚੋਂ ਆਪਦਾ ਘਰ ਦਾ ਰੱਖ ਕੇ ਮਾੜਾ ਮੋਟਾ 1,000 2,000 1,500 ਕੱਢ ਕੇ ਮੈਂ ਸਾਰੇ ਪੈਸੇ, ਜਾਣੀ ਮੈਨੂੰ ਇਹ ਪਤਾ ਹੁੰਦਾ ਕਿ ਡਾਕਟਰ ਨੂੰ ਦੇਣੇ ਆ ਅਗਲੇ ਹਫ਼ਤੇ, ਇਹ ਚੀਜ਼ਾਂ 'ਚ ਤੁਰਿਆ ਫਿਰਦਾ ਮੈਂ। ਗਰੇਵਾਲ ਸਾਹਿਬ, ਜਿਹੜੇ ਜਿਨ੍ਹਾਂ ਨੇ ਵੀ ਆਪਣੇ ਮਾਂ ਬਾਪ ਇੱਥੇ ਬੁਲਾਏ ਨੇ ਵਿਜ਼ਟਰ ਵੀਜ਼ੇ ਤੇ ਹੈਗੇ ਵੀ ਨੇ ਪਿਛਲੇ ਸਾਲ ਸਾਲ ਤੋਂ, 6-6 ਮਹੀਨਿਆਂ ਤੋਂ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਕੋਲ ਇੰਸ਼ੋਰੈਂਸ ਵੀ ਨਹੀਂ ਹੈਗੀ, ਤੁਹਾਡੇ ਨਾਂ ਦੇ ਵਿੱਚ ਵੀ ਬਹੁਤ ਹੋਣੇ ਇੱਦਾਂ ਦੇ, ਤੇ ਮੇਰੇ ਨਾਂ ਦੇ ਵਿੱਚ ਵੀ ਹੈਗੇ ਨੇ, ਤੇ ਜੇ ਆਪਾਂ ਕਿਸੇ ਨੂੰ ਐਡਵਾਈਸ ਦਿੰਦੇ ਹਾਂ, ਅਗਲੇ ਨੂੰ ਕਹਿੰਦੇ ਤਾਂ ਅਗਲਾ ਇਹ ਸੋਚਦਾ ਵੀ ਤੁਸੀਂ ਸਿਆਣੇ ਬਣਦੇ ਹੋ, ਅੱਜ ਤੁਸੀਂ ਸਾਹਮਣੇ ਹੋ, ਤੁਸੀਂ ਆਪਣੀ ਕਹਾਣੀ ਦੱਸ ਰਹੇ ਹੋ, ਬਿਨਾਂ ਇੰਸ਼ੋਰੈਂਸ ਤੋਂ ਹਾਲ ਕੀ ਆ? ਇੱਕ ਤਾਂ ਤੁਸੀਂ ਮੈਂਟਲੀ ਪਰੇਸ਼ਾਨ ਹੋ, ਜਿਹੜੀ ਤੁਹਾਡੀ ਹਾਂਜੀ ਆਰਥਿਕ ਸਥਿਤੀ ਉਹ ਕਮਜ਼ੋਰ ਹੁੰਦੀ ਜਾ ਰਹੀ ਆ, ਤੇ ਪਰਿਵਾਰ ਦੇਖੋ ਕਿੰਨਾ ਵੱਡੇ ਸਟ੍ਰੈਸ ਦੇ ਵਿੱਚ ਗੁਜ਼ਰਿਆ, ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਕੋਲ ਹਜੇ ਇਹ ਇੰਸ਼ੋਰੈਂਸ ਨਹੀਂ ਲੈ ਕੇ ਰੱਖੀ? ਨਹੀਂ, ਇੰਸ਼ੋਰੈਂਸ ਉਹਨਾਂ ਨੂੰ ਲੈ ਲੈਣੀ ਚਾਹੀਦੀ ਹੈ ਨਾ, ਕਿ ਇੱਦਾਂ ਦੀ ਪ੍ਰੋਬਲਮ ਆਉਣ ਤੋਂ ਪਹਿਲਾਂ। ਮੈਂ ਵੀ ਇਹੀ ਚੀਜ਼ ਸੋਚੀ ਸੀਗੀ ਇੰਸ਼ੋਰੈਂਸ ਦਾ ਹੈ ਨਾ, ਤਾਂ ਹੀ ਮੈਂ ਕਰਾਈ, ਪਰ ਉਹਨੇ ਬੰਦੇ ਨੇ ਡੇਟ ਹੀ ਗਲਤ ਪਾਈ ਹੋਈ ਆ, ਇੱਕ ਬੈਨੀਫਿਸ਼ਰ ਨੇ ਵੀ ਗਲਤ ਪਾਇਆ ਹੋਇਆ ਸੀਗਾ ਮੇਰਾ, 26 ਤਰੀਕ ਨੂੰ ਇੰਸ਼ੋਰੈਂਸ ਸ਼ੁਰੂ ਕੀਤੀ ਹੋਈ ਆ, ਅਕਾਊਂਟ 'ਚੋਂ ਅੱਜ ਤੱਕ ਪੇਮੈਂਟ ਨਿਕਲੀ ਹੋਈ ਆ, ਤੇ ਜਦੋਂ ਮੈਂ ਕਲੇਮ ਨੰਬਰ ਮੰਗਿਆ ਮੇਰਾ, ਮੈਨੂੰ ਕਲੇਮ ਨੰਬਰ ਵੀ ਨਹੀਂ ਦਿੱਤਾ, ਕਹਿੰਦੇ ਕੋਈ ਕਲੇਮ ਨੰਬਰ ਨਹੀਂ ਹੈਗਾ ਨਹੀਂ, ਤੇ ਪਰ ਜੋ ਹੈ ਰਿਐਲਿਟੀ ਕਿ ਜੇ ਕਿਸੇ ਨੇ ਨਹੀਂ ਲਈ, ਲੈ ਲੈਣੀ ਚਾਹੀਦੀ ਆ, ਕਿ ਐਡੀ ਜ਼ਰੂਰੀ ਆ, ਪਰ ਕਿਉਂਕਿ ਤੁਸੀਂ ਏਡਾ ਜ਼ਰੂਰ ਵੱਡਾ ਚੈੱਕ ਖਰਚਾ ਵੀ ਨਹੀਂ ਕਰਿਆ ਕਰੋ। ਗਰੇਵਾਲ ਸਾਹਿਬ, ਅਸੀਂ ਜੇ ਮਾਂ ਬਾਪ ਨੂੰ ਬੁਲਾਉਣ ਲਈ ਇੱਥੇ ਲੱਖ-ਲੱਖ 2-2 ਲੱਖ ਰੁਪਈਆ ਸ਼ਾਪਿੰਗਾਂ ਤੇ ਲਾ ਦਿੰਨੇ ਆ, ਲੱਖ-ਲੱਖ ਰੁਪਈਆ ਇਹ ਟਿਕਟ ਤੇ ਲਾ ਦਿੰਨੇ ਆ, ਮੈਨੂੰ ਲੱਗਦਾ ਕਿ $1,000-1,200 ਜੇ ਅਸੀਂ ਸਾਲ ਦੀ ਇੰਸ਼ੋਰੈਂਸ ਲੈ ਲਈਏ, ਉਹਦੇ ਨਾਲ ਅਸੀਂ ਵੀ ਸੁਰੱਖਿਅਤ ਆ, ਸਾਡੇ ਪੇਰੈਂਟਸ ਵੀ ਸੁਰੱਖਿਅਤ ਆ, ਤੇ ਅਸੀਂ ਫਾਈਨੈਂਸ਼ੀਅਲ ਤੌਰ ਤੇ ਵੀ ਸੁਰੱਖਿਅਤ ਹੋ ਜਾਂਦੇ ਹਾਂਗਾ, ਸਟ੍ਰੈਸ ਘੱਟ ਜਾਂਦਾ ਕਿ ਹਾਂ ਯਾਰ ਸਾਡੇ ਕੋਲ ਸਾਡੇ ਮਾਤਾ ਪਿਤਾ ਦੀ ਕਵਰੇਜ ਹੈਗੀ, ਕੱਲ ਨੂੰ ਜੇ ਉਹਨਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਦੀ ਹੈਪਨ ਹੁੰਦੀ ਆ, ਕਿਸੇ ਵੀ ਤਰ੍ਹਾਂ ਦੀ ਘਟਨਾ ਘਟਦੀ ਹੈ, ਕੁਛ ਡਿੱਗ ਪੈਂਦੇ ਨੇ, 6 ਫੁੱਟ ਲੱਗ ਜੇ, ਬਿਮਾਰ ਹੋ ਜੇ, ਤਾਂ ਘੱਟੋ ਘੱਟ ਅਸੀਂ ਬਚ ਤਾਂ ਸਕਦੇ ਹਾਂ ਫਾਈਨੈਂਸ਼ੀਅਲੀ ਤੌਰ ਤੇ। ਹਾਂਜੀ, ਇਹ ਜ਼ਰੂਰੀ ਹੈ ਜੀ, ਆਪਦਾ ਕਰਕੇ ਰੱਖਣਾ ਚਾਹੀਦਾ ਵਾ, ਤੇ ਤੇ ਇੱਕ ਮੇਰੇ ਇੰਸ਼ੋਰੈਂਸ ਹਿਸਾਬ ਨਾਲ ਏਜੰਟਾਂ ਤਾਂ ਬਾਰੇ ਕੀ ਕਹੋਗੇ? ਜਿਵੇਂ ਤੁਹਾਡੇ ਨਾਲ ਤਾਂ ਹੋਈ ਆ, ਤੁਹਾਨੂੰ ਲਾਰੇ ਲਾਏ ਗਏ, ਬਥੇਰੇ ਨੇ ਮਾਰਕੀਟ ਦੇ ਵਿੱਚ ਇੱਦਾਂ ਦੇ ਜਿਹੜੇ ਕਰ ਦਿੰਦੇ ਨੇ ਥੋੜਾ ਜਿਹਾ ਕਲਾਇੰਟ ਦੇ ਨਾਲ ਧੱਕਾ, ਤੇ ਬਾਅਦ 'ਚ ਗੱਲ ਨਹੀਂ ਸੁਣਦੇ ਗੇ, ਕੀ ਕਹੋਗੇ ਉਹਨਾਂ ਦੇ ਬਾਰੇ? ਨਹੀਂ, ਪਹਿਲੀ ਗੱਲ ਤਾਂ ਇਹ ਹੈ, ਜਿਹੜਾ ਇੰਸ਼ੋਰੈਂਸ ਇੰਸ਼ੋਰੈਂਸ ਵਾਲਾ ਬੰਦਾ ਵਾ ਨਾ, ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਪਹਿਲਾਂ ਉਹਦਾ ਮਾਰਕੀਟ 'ਚ ਕੀ ਸਿਸਟਮ ਆ, ਕੀ ਨਾਮ ਆ, ਉਹਦੇ ਰਿਵਿਊ ਕਿੱਦਾਂ ਵਾ, ਕਿਵੇਂ ਉਹਨੂੰ ਦੁਨੀਆ ਦੇਖਦੀ ਆ, ਠੀਕ ਹੈ ਜੀ। ਕੋਵਿਡ ਤੋਂ ਬਾਅਦ ਇੰਸ਼ੋਰੈਂਸ ਵਾਲੇ ਵੀ ਬਹੁਤ ਬਣ ਗਏ, ਠੀਕ ਹੈ ਜੀ, ਬਾਕੀ ਚੀਜ਼ਾਂ ਵਾਲੇ ਵੀ ਬਹੁਤ ਬਣ ਗਏ, ਕਿਉਂਕਿ ਆਨਲਾਈਨ ਸਿਸਟਮ ਸੀ, ਆਨਲਾਈਨ ਸਭ ਨੂੰ ਪਤਾ ਕਿਵੇਂ ਚੱਲਿਆ ਕਿਵੇਂ ਨਹੀਂ ਚੱਲਿਆ, ਠੀਕ ਹੈ ਜੀ। ਤੇ ਕਿਉਂਕਿ ਜਿਹੜੀਆਂ ਚੀਜ਼ਾਂ ਦਾ, ਜਿਹਨੂੰ ਹੁਣ ਮੈਂ ਟਰੱਕ ਚਲਾਉਣਾ, ਮੈਨੂੰ ਕਹਿ ਦੇਣਗੇ ਆਹ ਚੀਜ਼ ਲੈ ਲਾ ਹੈ ਨਾ, ਕਿ ਇੱਦਾਂ ਆਨਲਾਈਨ ਨਾ ਕਰਾ ਹੋ ਜੂ ਸਾਰਾ ਸਿਸਟਮ ਹੈ ਨਾ, ਜਾਂ ਕਿੱਦਾਂ ਵੀ ਆ, ਤੇ ਹੁਣ ਮੈਨੂੰ ਉਹਦਾ ਪਤਾ ਹੀ ਨਹੀਂ, ਹੌਲੀ ਹੌਲੀ ਚੀਜ਼ਾਂ ਦੇ ਬਾਰੇ ਮੈਂ ਸਿੱਖੂਗਾ। ਉਹ ਲੋਕ ਵੀ ਇੰਸ਼ੋਰੈਂਸਾਂ ਕਰੀ ਜਾਂਦੇ ਨੇ, ਠੀਕ ਹੈ ਜੀ, ਪਹਿਲਾਂ ਤੁਸੀਂ ਦੇਖੋ ਬੰਦਾ ਕਿਹੜਾ ਵਾ, ਕਿਵੇਂ ਉਹ ਮਾਰਕੀਟ ਦੇ ਵਿੱਚ ਹੈਗਾ ਵਾ, ਕਿਵੇਂ ਉਹਦਾ ਰਿਵਿਊ ਆ, ਉਹਦੀ ਸਾਰੇ ਜਾਣੇ ਕਿੱਦਾਂ, ਕਿ ਪਹਿਲ ਦੇ ਆਧਾਰ ਤੇ ਤੁਹਾਡੀ ਗੱਲ ਸੁਣਦਾ, ਕਿ ਮੇਰੇ ਵਾਂਗੂ ਨਾ, ਕਿ ਹਾਂ ਵੀ ਹਾਂਜੀ ਕਰਦੇ ਆ, ਦੱਸਦੇ ਆ, ਕਰਦੇ ਆ, ਦੱਸਦੇ ਆ, ਇਹ ਚੀਜ਼ ਨਾ ਕਿਉਂਕਿ ਪਾਓਗੇ ਉਹ ਹਾਂ ਵੀ ਚੀਜ਼ਾਂ ਦੇ ਬੰਦਾ ਨਾਲ ਜੇ ਫਿਰ ਪਤਾ ਤੁਹਾਡਾ ਵੀ ਨੁਕਸਾਨ, ਅਗਲੇ ਦਾ ਵੀ ਨੁਕਸਾਨ, ਤੁਹਾਡਾ ਜ਼ਿਆਦੇ ਹੋਊਗਾ। ਹੁਣ ਹੋਇਆ ਹੀ ਨੁਕਸਾਨ, ਹੁਣ 2 ਲੱਖ ਤੋਂ ਮੈਂ ਕ੍ਰੋਸ ਕਰ ਚੁੱਕਿਆ, 2 ਲੱਖ ਦੇ ਥੱਲੇ ਹੀ ਆਇਆ ਹੋਇਆ ਇੱਕ ਤਰ੍ਹਾਂ ਦਾ, ਤੇ ਬਹੁਤ ਔਖਾ ਅੱਜ ਦੀ, ਸ਼ਾਇਦ ਅੱਜ ਕੀਤੀ ਮਹਿੰਗਾਈ ਦਾ ਹੋਵੇ ਜ਼ਮਾਨਾ, ਤੁਸੀਂ ਉਹ ਚੰਗੀ ਪੰਜਾਹ ਤਰ੍ਹਾਂ ਹਜ਼ਾਰ ਜਾਣਦੇ ਹੋ ਕੀਤੀ ਕਿ ਇੱਕ ਇੱਕ ਡਾਲਰ ਉਹ ਪੰਜਾਹ ਇਕੱਠਾ ਹਜ਼ਾਰ ਦੀ ਕਰਨਾ ਔਖਾ ਹੋ ਕੀਤੀ ਹੈ, ਜਾਂਦਾ ਗਾ, ਪਰ 2 ਲੱਖ ਡਾਲਰ ਬਹੁਤ ਔਖਾ, ਬਹੁਤ
ਤੇ ਜੇ ਚਲੋ ਹੈਲਪ ਨਹੀਂ ਕਰ ਸਕਦੇ ਘੱਟੋ ਘੱਟ ਇਹਨਾਂ ਦੀ ਮਾਤਾ ਨੂੰ ਦੁਆਵਾਂ ਹੀ ਦੇ ਦਿਓ ਕਿ ਉਹ ਦੁਬਾਰਾ ਆਪਣੇ ਬੱਚਿਆਂ ਦੇ ਵਿੱਚ ਹੱਸਦੀ ਖੇਡਦੀ ਨਜ਼ਰ ਆਵੇ, ਕਿਉਂਕਿ ਮਾਂ ਮਾਂ ਹੀ ਹੁੰਦੀ ਹੈ। ਜੇਕਰ ਉਹ ਘਰ ਦੇ ਵਿੱਚ ਸਾਨੂੰ 10 ਮਿੰਟ ਨਾ ਦਿਖੇ ਤਾਂ ਸਾਨੂੰ ਉਹਨੂੰ ਵੀ ਭਾਜੜ ਪੈ ਜਾਂਦੀ, ਸਾਨੂੰ ਵੀ ਭਾਜੜ ਪੈ ਜਾਂਦੀ ਆ। ਸੋ ਅਰਦਾਸ ਕਰੀਏ ਸਾਰੇ ਪੰਜਾਬੀ ਜਿੱਥੇ ਵੀ ਇਹ ਵੀਡੀਓ ਸੁਣ ਰਹੇ ਆ, ਸਾਰੇ ਇਹਨੂੰ ਵੱਧ ਤੋਂ ਵੱਧ ਲੋਕਾਂ ਦੇ ਤੱਕ ਪਹੁੰਚਾਓ, ਕਿ ਕਈ ਵਾਰ ਇੱਕ ਸ਼ੇਅਰ ਕਰਨ ਦੇ ਨਾਲ ਚੀਜ਼ ਤਾਂ ਬਹੁਤ ਸਾਰੇ ਹੁੰਦਾ ਕਿ ਉਹਨਾਂ ਦੇ ਤੱਕ ਉਹ ਚੀਜ਼ ਪਹੁੰਚੇਗੀ। ਤੇ ਇਹ ਜਿਹੜੀ ਵੀਡੀਓ ਅਸੀਂ ਬਣਾਈਏ ਕਿਸੇ ਕੋਈ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਨਹੀਂ ਬਣਾਈ ਗਈ, ਇੱਕ ਤੁਹਾਡੇ ਤੱਕ ਮੈਸੇਜ ਸੈਂਡ ਕੀਤਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਕਿਵੇਂ ਬਚ ਸਕਦੇ ਹੋ। ਤੁਹਾਡੇ ਕੋਲ ਇੱਕ ਐਗਜ਼ਾਮਪਲ ਬਾਈ ਦੀ ਐਗਜ਼ਾਮਪਲ ਆ, ਤੇ ਦੇਖ ਸਕਦੇ ਹੋ ਤੁਸੀਂ ਕਿ ਜੇਕਰ ਅਸੀਂ ਆਪਣੇ ਮਾਂ ਬਾਪ ਨੂੰ ਇੱਧਰ ਕੈਨੇਡਾ ਬੁਲਾ ਰਹੇ, ਇੰਨੇ ਪੈਸੇ ਖਰਚ ਕਰ ਰਹੇ ਹਾਂ, ਤਾਂ ਘੱਟੋ ਘੱਟ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ। ਤੁਹਾਡੇ ਨੌਂ ਦੇ ਵਿੱਚ ਬਹੁਤ ਸਾਰੇ ਹੈਗੇ ਨੇ, ਤੁਸੀਂ ਉਹਨਾਂ ਤੋਂ ਲਓ, ਜਿਹੜੇ ਪ੍ਰੋਫੈਸ਼ਨਲ ਨੇ, ਇੱਕ ਜਿਨ੍ਹਾਂ ਨੂੰ ਕੰਮ ਕਰਨਾ ਹੁੰਦਾ, ਤੁਸੀਂ ਉਹਨਾਂ ਤੋਂ ਲਓ। ਤੁਹਾਨੂੰ ਲੱਗਦਾ ਕਿ ਆਹ ਠੀਕ ਹੈ ਮੈਂ ਤੋਂ ਲਊਂਗਾ, ਪਰ ਸਰਵਿਸ ਵਧੀਆ ਹੋਣੀ ਚਾਹੀਦੀ ਆ। ਬਾਈ ਜੀ ਹੋਰ ਕੀ ਕਹਿਣਾ ਚਾਹੁੰਦੇ ਆ, ਪੰਜਾਬੀਆਂ ਤੋਂ ਕੀ ਮੰਗ ਕਰਦੇ ਹੋ? ਬਹੁਤ ਲੋਕ ਤੁਹਾਨੂੰ ਸੁਣਦੇ ਪਏ ਆ। ਵੀਰੇ ਮੈਂ ਤਾਂ ਇਹੀ ਕਹੂੰਗਾ ਨਾ, ਇੱਕ ਜੋ ਕਰਨਾ ਆਪਦਾ ਪਹਿਲਾਂ ਸੋਚ ਸਮਝ ਕੇ ਕਰੋ, ਦੇਖੋ, ਪਰ ਯਕੀਨ ਇੱਕ ਆਪਾਂ ਕਰ ਲੈਂਦੇ ਹਾਂ, ਪਰ ਬੰਦਾ ਦੇਖਿਆ ਕਰੋ ਯਕੀਨ ਕਰਨ ਦੇ ਕਾਬਿਲ ਹੈਗਾ ਵੀ ਆ। ਠੀਕ ਹੈ ਜੀ, ਹੁਣ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਜਾਣਦੇ ਸੀ? ਉਹ ਕਹਿੰਦਾ ਜਸਟ ਹੈਲੋ ਆਏ ਸੀ ਨਾ, ਜੇ ਤੁਹਾਨੂੰ ਮੈਂ ਮਿਲ ਕੇ ਦਿਖਾਵਾਂ ਮੇਰੇ ਫੋਨ ਚ ਉਨੀਆਂ ਕਿਸੇ ਨਾਲ ਨੀ ਫੋਟੋ ਹੋਣੀ ਜਿੰਨਾ ਜਿੰਨੀਆਂ ਉਹਦੇ ਨਾਲ ਹੋਣਗੀਆਂ ਨਾ। ਫਿਰ ਇਹ ਹੈਲੋ ਹਾਏ ਦਾ ਸਿਸਟਮ ਹੁੰਦਾ ਫੋਨ, ਇੱਕ ਦੂਜੇ ਨਾਲ ਫੋਟੋਆਂ ਕਿ ਜਸਟ ਕਿ ਉਦਾਂ, ਹਨਾ? ਤੁਹਾਨੂੰ ਵੀ ਪਤਾ ਨਾ, ਜੇ ਜੇ ਬੰਦਾ ਜਾਣਦਾ ਹੋਊ ਤਾਂ ਹੀ ਓਬਵੀਅਸਲੀ, ਹੈ ਨਾ, ਫੋਨ 'ਚ ਇੱਕ ਦਿਨ ਬਹਿਣਾ ਉੱਠਣਾ ਫੋਟੋਆਂ, ਜੇ ਯਕੀਨ ਹੁੰਦਾ ਹੀ ਸਾਰੀਆਂ ਗੱਲਾਂ ਦਾ। ਫਿਰ ਦੂਜੀ ਗੱਲ, ਜੇ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ ਤਾਂ ਅਮਾਊਂਟ ਜ਼ਰੂਰ ਦੇਖਿਆ ਕਰੋ, ਹੈ ਨਾ? ਮੈਂ 1-1.5 ਲੱਖ ਜ਼ਿਆਦਾ ਤੋਂ ਜ਼ਿਆਦਾ ਕਿਹਾ ਸੀ, ਹੈ ਨਾ? ਤੇ ਕਿਉਂਕਿ ਅੱਜ ਜੇ ਆਪਾਂ 50,000 ਦੀ ਲੈਣਾ ਕਵਰੇਜ, ਅੱਜ ਦੇ ਜ਼ਮਾਨੇ 'ਚ ਤਾਂ ਕੁਛ ਵੀ ਨਹੀਂ ਹੈਗੀ 50,000 ਦੀ ਕਵਰੇਜ। ਉਹ 50,000 ਦੀ ਕੀਤੀ ਹੋਈ ਹੈ ਜੀ ਉਹਨਾਂ ਨੇ, ਨਾ $200 ਅਕਾਊਂਟ 'ਚ ਨਿਕਲਿਆ ਹੋਇਆ ਵਾ, $198। ਉਹ ਕਦੋਂ ਕੀਤੀ ਹੈ ਤੁਹਾਡੀ ਇੰਸ਼ੋਰੈਂਸ, ਉਹ ਰੌਲੇ ਤੋਂ ਬਾਅਦ ਜਦੋਂ ਮਾਤਾ ਜੀ ਐਡਮਿਟ ਹੋਏ ਉਸ ਤੋਂ ਬਾਅਦ ਕੀਤੀ? ਜਦੋਂ ਐਡਮਿਟ ਹੋ ਗਿਆ ਮੈਂ ਜਦੋਂ ਮੰਗਦਾ ਸੀਗਾ, ਉਹ ਕਹਿੰਦਾ ਮੈਂ ਕਿਹਾ ਹੁਣ ਹੋ ਕੀ ਸਕਦਾ ਨਾ, ਤੇ ਕਹਿੰਦਾ ਹੁਣ ਹੋ ਤਾਂ ਕੁਛ ਨਹੀਂ ਸਕਦਾ। ਮੈਂ ਕਿਹਾ ਬਾਈ ਇਹ ਤਾਂ ਹੁਣ ਤੇਰੀ ਗਲਤੀ ਹੈ ਨਾ, ਮੇਰੀ ਥੋੜੀ ਗਲਤੀ ਹੈ, ਮੈਂ ਕਿਹਾ ਮੈਂ ਤਾਂ ਤੈਨੂੰ ਆਲਰੇਡੀ ਸਾਰਾ ਕੁਛ ਦੇ ਕੇ ਗਿਆ, ਕਹਿ ਕੇ ਗਿਆ ਵਾ, ਫਿਰ ਤੂੰ ਕਹਿ ਰਿਹਾ ਕਿ ਏਦਾਂ ਨਹੀਂ ਹੁੰਦਾ, ਮੈਂ ਤਾਂ ਤੂੰ ਕਾਰਡ ਨਹੀਂ ਲਿਆ, ਜੇ ਨਹੀਂ ਲਿਆ, ਏਦਾਂ ਕਿਵੇਂ? ਮੈਂ ਕਿਹਾ ਬਾਈ ਕਾਰਡ ਤੈਂ ਮੰਗਣਾ ਸੀ, ਸਾਨੂੰ ਥੋੜੀ ਪਤਾ, ਜਿਵੇਂ ਪਹਿਲਾਂ ਇੰਸ਼ੋਰੈਂਸ ਆ, ਮੈਂ ਤਾਂ ਪਹਿਲੀ ਵਾਰੀ ਕਰਾਈ ਹੈ, ਮੈਨੂੰ ਤਾਂ ਪਤਾ ਨਹੀਂ ਟਰੈਵਲ ਇੰਸ਼ੋਰੈਂਸ ਦਾ, ਜਿੱਦਾਂ ਲਾਈਫ ਦੀਆਂ ਡਿਸੇਬਿਲਟੀ ਵਗੈਰਾ ਇਹੋ ਜਿਹਾ ਕਰਾਉਂਦੇ ਆ, ਉਹ ਸਾਡੇ ਅਕਾਊਂਟਾਂ ਚੋਂ ਨਿਕਲਦੀਆਂ ਨੇ। ਠੀਕ ਹੈ ਜੀ, ਹੁਣ ਤੁਹਾਨੂੰ ਮੈਂ ਉਹੀ ਦੱਸ ਕੇ ਹਟਿਆ, ਮੈਨੂੰ ਮੈਂ ਟਰੱਕ ਚਲਾਉਣਾ, ਮੈਨੂੰ ਪਤਾ ਉਹਦੇ ਬਾਰੇ, ਕੁਰਸੀ ਤੇ ਬਹਿ ਕੇ ਕੰਪਿਊਟਰ ਚਲਾਉਣਾ ਮੈਨੂੰ ਨਹੀਂ ਪਤਾ ਉਹਦੇ ਬਾਰੇ। ਜੇ ਇੰਨਾ ਕੁਛ ਕਰਦੇ ਹੁੰਦੇ ਤਾਂ ਅਸੀਂ ਨਾ ਇੰਸ਼ੋਰੈਂਸ ਕਰਨ ਲੱਗ ਜਾਂਦੇ, ਅਸੀਂ ਨਾ ਕੁਛ ਹੋਰ ਕੋਈ ਕੰਪਨੀ ਰਿਐਲਟਰ ਬਣ ਜਾਂਦੇ, ਬ੍ਰੋਕਰ ਬਣ ਜਾਂਦੇ। ਨਹੀਂ, ਅੰਡਰਸਟੈਂਡ ਕਰਦੇ ਹਾਂ ਬਾਈ ਜੀ ਤੁਹਾਡੀ ਗੱਲ ਨੂੰ, ਜਿਹਨੇ ਵੀ ਤੁਹਾਨੂੰ ਇਹ ਸਰਵਿਸ ਦਿੱਤੀ ਹੈ ਬਹੁਤ ਮਾੜੀ ਸਰਵਿਸ ਆ, ਕਿਉਂਕਿ ਇਹਦੇ ਨਾਲ ਆਪਣੀ ਕਮਿਊਨਿਟੀ ਦਾ ਵੀ ਇੱਕ ਨਾਮ ਖਰਾਬ ਹੁੰਦਾ ਕਿ ਅਸੀਂ ਆਪਣਾ ਪੰਜਾਬੀ ਨੂੰ ਤੰਗ ਪਰੇਸ਼ਾਨ ਕਰ ਰਿਹਾ। ਜੇ ਤੁਹਾਨੂੰ ਕੰਮ ਨਹੀਂ ਆਉਂਦਾ ਤੁਸੀਂ ਨਾ ਕਰੋ, ਜੇ ਤੁਸੀਂ ਸਿੱਖ ਰਹੇ ਹੋ ਤਾਂ ਤੁਸੀਂ ਪੁੱਛ ਕੇ ਚਲੋ ਕਿਸੇ ਤੋਂ, ਤਾਂ ਜਾ ਕੇ ਉਹਦੀ ਜਿਹੜੀ ਵਧੀਆ ਪਾਲਿਸੀ ਕਰੋ, ਨਾਲੇ ਤੁਹਾਨੂੰ ਦਿੱਕਤ ਨਾ ਆਵੇ ਤੇ ਨਾ ਜਿਹਨੇ ਏਜੰਟ ਨੂੰ ਉਹਨੂੰ ਦਿੱਕਤ ਨਾ ਆਵੇ। ਇਹ ਵੀ ਜਦੋਂ ਮੈਂ ਉਹਨੂੰ ਕਸਟਮਰ ਕੇ ਤੇ ਫੋਨ ਕੀਤਾ ਨਹੀਂ ਇੰਸ਼ੋਰੈਂਸ ਵਾਲੇ ਨੂੰ, ਇਹ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਡਾ ਬੈਨੀਫੀਸ਼ੀਅਰ ਤੁਹਾਡਾ, ਉਹ ਪਹਿਲਾਂ ਤਾਂ ਕਹਿੰਦਾ ਗਲਤ ਮਾ ਨਾ, ਤੁਸੀਂ ਸਹੀ ਇਨਫੋਰਮੇਸ਼ਨ ਦਿਓ। ਮੈਂ ਕਿਹਾ ਮੇਰਾ ਸਾਰਾ ਬੈਨੀਫੀਸ਼ੀਅਰੀ ਕਿਹਨੂੰ ਪਾਇਆ ਸੀ? ਉਹ ਨਾਮ ਉਹ ਕਿਸੇ ਦਾ ਹੋਰ ਦਾ ਹੀ ਸੀਗਾ, ਮਤਲਬ ਪਰਿਵਾਰ ਦੇ ਕਿਸੇ ਮੈਂਬਰ ਦਾ ਨਹੀਂ ਪਾਇਆ ਉਹਨੇ? ਨਾ, ਪਰਿਵਾਰ ਚ ਤਾਂ ਮੈਂ ਇਕੱਲਾ ਹੀ ਹੋ ਰਿਹਾ ਵੀਰੇ। ਸਾਡੇ ਗਾਹ ਰਿਐਲਟਰ ਹੈ, ਆਪਣੇ ਰਿਲੇਟਿਵ ਹੈਗੇ ਨੇ, ਜਾਨੀ ਕਹਿਣ ਦਾ ਮਤਲਬ, ਪਰ ਉਹਨਾਂ ਦਾ ਕਿਸੇ ਦਾ ਵੀ ਨਹੀਂ ਸੀਗਾ। ਦੇਖਿਆ ਜਾਵੇ ਵੀ ਘਰ ਦਾ, ਮੈਂ ਜਿਹੜਾ ਡਰੈਸ ਦੱਸਿਆ ਆਪਦਾ, ਹਨਾ, ਉਹਨੇ ਉਹ ਡਰੈਸ ਤੇ ਦੇਖ ਲਿਆ, ਜਾਂ ਕੋਈ ਉਹਦੇ ਕੋਲ ਆਲਰੇਡੀ ਕੋਈ ਪਹਿਲਾਂ ਗਿਆ ਹੋਊ ਜਾਂ ਕੁਛ, ਹਨਾ, ਤੇ ਉਹਨੇ ਜਿਵੇਂ ਜਿਵੇਂ ਕਾਲੀ ਕਾਲੀ ਚ ਕਰਕੇ ਉਵੇਂ ਕਰਤਾ। ਅਮਾਊਂਟ ਵੀ ਗਲਤ ਸੀਗੀ, ਬੈਨੀਫਿਸ਼ੀਅਰ ਨੇਮ ਵੀ ਗਲਤ ਸੀਗਾ। ਮੈਂ ਕਿਹਾ ਉਹਦੇ ਦੇਣੇ ਸੀਗੇ ਜਾਂ ਮੈਂ ਇਹਨਾਂ ਦੇ ਦੇਣੇ ਸੀਗੇ, ਹਨਾ, ਕਿ ਮੈਨੂੰ ਇੱਕਦਮ ਏਦਾਂ ਬੰਦਾ ਪਹਿਲਾਂ ਜਦੋਂ ਤੁਹਾਨੂੰ ਸਾਰਾ ਕੁਛ ਚੱਲ ਕੇ ਆਇਆ, ਮੈਂ ਇੱਥੋਂ ਤੱਕ ਤੁਹਾਨੂੰ ਵਿਦ ਪ੍ਰੂਫ ਦੇ ਸਕਦਾ ਜੀ, ਹਨਾ, ਉਹ ਜਿਹੜੇ ਰੈਸਟੋਰੈਂਟ 'ਚ ਬੈਠਾ ਸੀਗਾ, ਤੇ ਉਹ ਓਨਰ ਨੂੰ ਵੀ ਪਤਾ, ਹਨਾ, ਕਿ ਉਹਦੇ ਉਹਨੂੰ ਉਹਦੇ ਕੈਮਰੇ ਲੱਗੇ ਹੋਣਗੇ, ਕਢਾ ਲੈਣ, ਮੈਂ ਸੇਮ ਡੇਟ ਦੱਸ ਦਿੰਦਾ ਵਾਂ ਕਿ ਹਾਂ ਵੀ ਆਇਆ ਸੀ ਬੰਦਾ ਮੇਰੇ ਕੋਲ, ਬੈਠਾ ਸੀ ਕਿ ਨਹੀਂ ਬੈਠਾ ਸੀ। ਤੁਸੀਂ ਉਸ ਤੋਂ ਬਾਅਦ ਕੋਈ ਫੋਨ ਤੇ ਗੱਲ ਹੋਈ ਉਹਦੇ ਨਾਲ ਵੀ, ਤੂੰ ਵੀ ਮੇਰੀ ਮਾੜੀ ਮੋਟੀ ਕੋਈ ਮਦਦ ਕਰ, ਮੈਂ ਮੁਸੀਬਤ ਦੇ ਵਿੱਚ ਫਸਿਆ ਹੋਇਆ? ਨਹੀਂ ਜੀ ਨਹੀਂ, ਇਹ ਤਾਂ ਹੁਣ ਜੇ ਦੇਖਿਆ ਜਾਵੇ, ਹਨਾ, ਜੇ ਹੁਣ ਮੈਨੂੰ ਵੀ ਲੋਕ ਕਹੀ ਜਾਂਦੇ ਤੁਹਾਡੀ ਗਲਤੀ ਆ, ਮੈਂ ਪਹਿਲਾਂ ਨਹੀਂ ਕਰਾਈ, ਹਨਾ ਜੀ, ਉਹ ਕਿ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਸੀਗਾ ਕਿ ਪਲੇਨ ਦੇ ਵਿੱਚ ਵੀ ਇਹ ਚੀਜ਼ਾਂ ਕਵਰ ਕਰਦੀਆਂ ਨੇ, ਹਨਾ, ਕਿ ਮੈਨੂੰ ਨਹੀਂ ਪਤਾ ਸੀ ਇਹ ਗੱਲ ਦਾ, ਕਿਉਂਕਿ ਮੈਨੂੰ ਸੀਗਾ ਕਿ ਚਲੋ ਇੱਥੇ ਆ ਕੇ ਬਿਮਾਰ ਟਮਾਰ ਹੁੰਦੇ ਆ ਜਾਂ ਕੁਛ ਆ, ਕਿਉਂਕਿ ਚੰਗੇ ਭੱਲੇ ਸੀ, ਕੋਈ ਵੀ ਇਹੋ ਜਿਹੀ ਗੱਲਬਾਤ ਨਹੀਂ ਸੀਗੀ।
ਤੇ ਨੱਬੇ ਹੁਣ ਜਿਹੜਾ ਆ ਪਰਸੈਂਟ ਗਿਆ ਇੱਥੇ। ਆਪਾਂ ਪੰਜਾਬੀ ਲੋਕ ਇਹ ਸੋਚ ਲੈਂਦੇ ਹਾਂ ਕਿ ਮੇਰੀ ਮਾਤਾ ਪਿੱਛੇ ਸਹੀ ਆ, ਰੋਟੀ ਪਾਣੀ ਵਧੀਆ ਖਾਂਦੀ ਹੈ, ਕਿਸੇ ਤਰ੍ਹਾਂ ਦੀ ਕੋਈ ਦਵਾਈ ਬੂਟੀ ਨਹੀਂ ਲੈਂਦੀ, ਠੀਕ ਆ, ਮੇਰਾ ਬਾਪੂ ਠੀਕ ਆ, ਵਧੀਆ ਕੰਮ ਕਾਰ ਕਰਦਾ, ਪਰ ਬਾਈ ਜੀ ਬਿਮਾਰੀ ਦਾ ਤੇ ਮੁਸੀਬਤ ਦਾ ਕੋਈ ਪਤਾ ਨਹੀਂ ਕਦੋਂ ਤੁਹਾਡੇ ਦਰਵਾਜ਼ੇ ਤੇ ਆ ਕੇ ਖੜੀ ਹੋ ਜਾਣਾ, ਖਾਸ ਕਰਕੇ ਇਹਨਾਂ ਹਾਂਜੀ ਮੁਲਕਾਂ ਦੇ ਵਿੱਚ ਤੁਹਾਨੂੰ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਸਿਰਫ ਇਨਸ਼ੋਰੈਂਸ ਹੀ ਨੇ ਜਿਹੜੀਆਂ ਸਾਨੂੰ ਇਹਨਾਂ ਮੁਸੀਬਤਾਂ ਤੋਂ ਕੱਢ ਲੈਂਦੀਆਂ ਨੇ। ਹਾਂਜੀ ਹਾਂਜੀ ਤੇ ਗਰੇਵਾਲ ਸਾਹਿਬ ਥੈਂਕ ਯੂ ਸੋ ਮੱਚ, ਤੁਸੀਂ ਟਾਕ ਵਿਦ ਸਮਾਗ ਦਾ ਅੱਜ ਹਿੱਸਾ ਬਣੇ ਹੋ, ਤੇ ਆਪਾਂ ਜਿਹੜੀ ਤੁਹਾਡੀ ਅੱਜ ਜਿਹੜੀ ਗੱਲਬਾਤ ਆਪਾਂ ਪੂਰੀ ਦੁਨੀਆ ਦੇ ਸਾਹਮਣੇ ਰੱਖੀ ਹੈ, ਕਿਉਂਕਿ ਰੱਖਣੀ ਚਾਹੀਦੀ ਸੀਗੀ। ਜੇ ਆਪਾਂ ਦੁੱਖ ਕਿਸੇ ਨੂੰ ਸੁਣਾਵਾਂਗੇ ਨੇ, ਕਹਿੰਦੇ ਸਿਆਣੇ ਕਹਿੰਦੇ ਹੁੰਦੇ ਕਿ ਦੁੱਖ ਵੰਡਣ ਦੇ ਨਾਲ ਘਟਦਾ ਗਾ, ਸ਼ਾਇਦ ਤੁਹਾਡਾ ਵੀ ਦੁੱਖ ਇਹ ਘਟ ਜੇ, ਮੈਂ ਉਮੀਦ ਜੀ ਕਰਦਾ। ਕੋਈ ਨਹੀਂ, ਹਾਂਜੀ ਬਾਕੀ ਜੇ ਹੈ ਨਾ ਕੋਈ ਹੋ ਸਕਦਾ ਹੋਇਆ ਕਿ ਮੈਂ ਇੰਡੀਆ ਲੈ ਕੇ ਜਾਣਾ ਚਾਹੁੰਦਾ ਵਾਂ, ਤੇ ਜੇ ਮੈਨੂੰ ਕੋਈ ਉਦਾਂ ਦਾ ਕੋਈ ਰਾਸਤਾ ਦੇਖਦੇ ਆ ਕੋਈ ਤੁਸੀਂ ਡਾਕਟਰਾਂ ਹੈਗਾ ਦੇ ਨਾਲ ਇਹ ਗੱਲ ਮਿਲਦਾ ਹੈ ਕੀਤੀ ਨਾ, ਹੈ ਕਿ ਮੈਂ ਮਾਤਾ ਨੂੰ ਇੰਡੀਆ ਲਿਜਾਣਾ ਚਾਹੁੰਦਾ, ਡਿਸਚਾਰਜ ਕਰ ਦਿਓ, ਉਹ ਕੀ ਕਹਿੰਦੇ ਪ੍ਰੋਸੈਸ ਆ? ਨਹੀਂ ਉਹ ਕਹਿੰਦੇ ਤੁਹਾਡੀ ਹੈਡ ਕਾ ਹੈ, ਅਸੀਂ ਨਹੀਂ ਕੁਛ ਕਰ ਸਕਦੇ, ਸਾਨੂੰ ਨਹੀਂ ਪਤਾ ਇਹ ਚੀਜ਼ ਦੇ ਬਾਰੇ, ਕਹਿੰਦੇ ਜੇ ਏਦਾਂ ਵਾ ਕਹਿੰਦੇ ਕੋਸਟਲੀ ਬਹੁਤ ਆ, ਜੇ ਸਾਡਾ ਲੈ ਕੇ ਜਾਓਗੇ ਲੱਖ ਡੇਢ ਲੱਖ ਡਾਲਰ ਦੇ ਨੇੜੇ, ਤੁਸੀਂ ਫੇਰ ਚਲੇ ਜਾਓਗੇ, ਤੋਂ ਟੀਮ ਜਾਊਗੀ ਜੇ ਕੁਛ, ਜੇ ਤੁਸੀਂ ਆਪਦੇ ਬਿਹਾਫ ਤੇ ਜੇ ਕੁਛ ਕਰਨਾ ਚਾਹੁੰਦੇ ਹੋ ਤਾਂ, ਤੇ ਕਹਿੰਦੇ ਗਏ ਆ ਇੱਥੋਂ ਕੋਈ, ਪਰ ਤੁਸੀਂ ਉਹਨਾਂ ਡਾਕਟਰ ਆ ਜਾਂ ਕੁਛ ਆ ਦੇਖ ਕੇ ਉਹ ਤੁਸੀਂ ਆਪ ਦੇਖਣਾ ਕਹਿੰਦੇ, ਤੇ ਮੈਂ ਉਹੀ ਕਹਿਣਾ ਵਾ ਹਨਾ ਜੇ ਕੋਈ ਕੋਈ ਕਿਸੇ ਕੋਈ ਪ੍ਰੋਸੈਸ ਜਾਣਦਾ ਜਾਂ ਕੋਈ ਹੈ ਕੋਈ ਮੇਰੀ ਇਸ ਹਿਸਾਬ ਦੇ ਨਾਲ ਕਿ ਮੈਨੂੰ ਲੈ ਕੇ ਜਾਣ ਦੇ ਵਿੱਚ ਕੁਛ ਕਰ ਸਕਦਾ ਹਨਾ, ਕਿਉਂਕਿ ਮੈਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ, ਜੇ ਗਰੇਵਾਲ ਸਾਹਿਬ ਠੀਕ ਆ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਆਪਣਾ, ਮੈਂ ਚਾਹੁੰਦਾ ਵੀ ਤੁਸੀਂ ਇੱਕ ਨੰਬਰ ਵੀ ਆਪਣਾ ਜ਼ਰੂਰ ਬੋਲ ਕੇ ਦੱਸੋ, ਕਈ ਵਾਰ ਬੰਦੇ ਵੀਡੀਓ ਦੇਖ ਕੇ ਤੁਹਾਡੀ ਮਦਦ ਕਰਨਾ ਚਾਹੁੰਦੇ ਹਨ, ਕਈ ਵਾਰ ਲੋਕ ਰਾਹ ਪਾ ਦਿੰਦੇ ਆਪਾਂ ਨੂੰ, ਨੰਬਰ ਜ਼ਰੂਰ ਦੱਸੋ ਹਾਂਜੀ ਆਪਾਂ ਮੈਂ ਨੂੰ। ਨੰਬਰ ਵੀ ਦੱਸ ਦੇਣਾ ਹੈ ਤੇ ਮੈਂ ਆਪਣੇ ਗੋ ਫੰਡ ਦਾ ਵੀ ਤੁਹਾਨੂੰ ਸ਼ੇਅਰ ਕਰੂੰਗਾ ਪੇਜ, ਤੇ ਈਮੇਲ ਵੀ ਦੱਸੂਗਾ, ਉਹ ਮੇਰੀ ਲੱਗੀ ਹੋਈ ਹੈ ਡਾਇਰੈਕਟ ਡਿਪੋਜ਼ਿਟ ਲੱਗਿਆ ਹੋਇਆ ਅਕਾਊਂਟ ਦੇ ਨਾਲ, ਤੇ ਜੇ ਤੁਹਾਨੂੰ ਲੱਗਦਾ ਹੈ ਨਾ ਜੀ, ਨੰਬਰ ਮੇਰਾ 514-443-3131, 514-443-3131, ਤੇ ਈਮੇਲ ਮੇਰੀ happygarewal1331@yahoo.com, happygarewal1331@yahoo.com, ਤੇ ਗੋ ਫੰਡ ਦਾ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦਿੰਦਾ, ਤੁਸੀਂ ਉਹ ਕਰ ਦਿਓ ਸ਼ੇਅਰ। ਹਾਂਜੀ ਥੈਂਕ ਯੂ ਗਰੇਵਾਲ ਸਾਹਿਬ, ਤੇ ਪੂਰੀ ਪੰਜਾਬੀ ਕਮਿਊਨਿਟੀ ਜਿਹੜੀ ਵੀ ਸੁਣ ਰਹੀ ਹੈ ਵੀਡੀਓ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਰਲ ਮਿਲ ਕੇ ਭਰਾ ਨੂੰ ਦੁਆਵਾਂ ਦਈਏ, ਭਰਾ ਦੀ ਮਾਤਾ ਨੂੰ ਦੁਆਵਾਂ ਦਈਏ ਆਪਾਂ, ਤੇ ਜੇ ਅਸੀਂ ਹੋਰ ਕਿਸੇ ਤਰੀਕੇ ਨਾਲ ਮਦਦ ਨਹੀਂ ਕਰ ਸਕਦੇ, ਅਸੀਂ ਦੁਆਵਾਂ ਤਾਂ ਦਈਏ। ਤੇ ਸਾਹਿਬ ਥੈਂਕ ਯੂ ਸੋ ਮੱਚ ਗੱਲਬਾਤ ਕਰਨ ਲਈ, ਮੇਰੇ ਵੱਲੋਂ ਮੈਂ ਅਰਦਾਸ ਕਰਦਾ ਆਪਣੇ ਪਰਿਵਾਰ ਵੱਲੋਂ ਕਿ ਤੁਹਾਡੀ ਮਾਤਾ ਦੁਬਾਰਾ ਫੇਰ ਘਰੇ ਆਵੇ, ਤੁਹਾਡੇ ਨਾਲ ਹੱਸਦੀ ਖੇਡਦੀ ਉਸੇ ਤਰ੍ਹਾਂ ਘਰ ਦੇ ਵਿੱਚ ਰਵੇ ਜਿਵੇਂ ਪਹਿਲਾਂ ਰਹਿੰਦੀ ਸੀ, ਤੇ ਤੁਹਾਨੂੰ ਤੁਹਾਡੇ ਹਾਂਜੀ ਪਰਿਵਾਰ ਨੂੰ ਮੇਰੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ, ਥੈਂਕ ਯੂ ਸੋ ਮੱਚ ਬ੍ਰਦਰ। ਹਾਂਜੀ ਥੈਂਕ ਯੂ।